ਪ੍ਰੋਗਰਾਮ ਦਿਲਾਂ ਦੀ ਸਾਂਝ KRPI ਰੇਡੀਓ 1550 AM ਬੈਂਡ ਤੇ ਸੁਣੇ ਹੋ। ਸਮਾਂ ਮੇਰੇ ਕੋਲ 10:03 ਹੋਏ ਨੇ। ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨ ਦੇ ਲਈ, ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਪ੍ਰੋਗਰਾਮ ਗਾਂ ਤੁਰਦੇ ਨੇ, ਸੋ ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨਾ ਹੈ, ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਹੈ, ਜ਼ਰੂਰ ਤੁਸੀਂ ਸਾਡੀ ਟੀਮ ਦੇ ਜਿਹੜੇ ਐਕਸਪਰਟ ਨੇ 604-440-6462 ਤੇ ਗੱਲਬਾਤ ਕਰ ਸਕਦੇ ਹੋ। 604-440-6462 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮੈਂ ਉਚੇਚੇ ਤੌਰ ਦੇ ਉੱਤੇ ਸਰਦਾਰ ਕੁਲਦੀਪ ਸਿੰਘ ਟੱਲੇਵਾਲ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਮੇਰੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਵਿਸ਼ੇਸ਼ ਮਦਦ ਕੀਤੀ ਹੈ। ਸੋ ਜਿਹੜੇ ਵੀਰ ਚਾਹੁੰਦੇ ਨੇ ਕਿ ਇਹ ਪ੍ਰੋਗਰਾਮ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇ, ਕਿਉਂਕਿ ਜਦੋਂ ਸੱਚ ਬੋਲਣਾ ਹੁੰਦਾ ਤੇ ਸੱਚ ਬੋਲਣ ਲੱਗੇ ਆ ਬਹੁਤ ਕੁਛ ਕਈ ਵਾਰੀ ਤੁਹਾਨੂੰ ਖਮਿਆਜੇ ਭੁਗਤਣੇ ਪੈਂਦੇ ਆ, ਪਰ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜੇ ਵੀਰ ਨਾਲ ਖੜਦੇ ਨੇ ਹਮੇਸ਼ਾ ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ। ਤੇ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ ਸਰਦਾਰ ਕੁਲਦੀਪ ਸਿੰਘ ਟੱਲੇਵਾਲ ਜਿਹੜੇ ਕਿ ਵਰਲਡ ਕੈਂਸਰ ਕੇਅਰ ਦੇ ਨਾਲ ਕੰਮ ਕਰ ਰਹੇ ਨੇ, ਤਕਰੀਬਨ ਆਪਣੀ ਜ਼ਿੰਦਗੀ ਦਾ ਜਿਹੜਾ ਬਾਕੀ ਰਿਟਾਇਰਮੈਂਟ ਦਾ ਸਮਾਂ ਕਹਿੰਦੇ ਉੱਧਰ ਲਾਉਣਾ, ਉਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ 604-345-5632 ਉਹਨਾਂ ਦਾ ਨੰਬਰ ਹੈ। ਲੋਕਲ ਬਰਨਵੀ ਦੇ ਵਿੱਚ ਰਹਿੰਦੇ ਆ ਤੇ ਕੋਈ ਵੀ ਵਰਲਡ ਕੈਂਸਰ ਕੇਅਰ ਦਾ ਕੈਂਪ ਬੁੱਕ ਕਰਨਾ ਤਾਂ ਵੀ ਇਹਨਾਂ ਨਾਲ ਗੱਲਬਾਤ ਕਰਿਓ, ਇਹਨਾਂ ਨੇ ਵਿਸ਼ੇਸ਼ ਪ੍ਰੋਗਰਾਮ ਦਿਲਾਂ ਦੀ ਸਾਂਝ ਦੀ ਹੈਲਪ ਕੀਤੀ ਹੈ। ਤੇ ਨਾਲ ਦੀ ਨਾਲ ਮੈਂ ਉਚੇਚੇ ਤੌਰ ਦੇ ਉੱਤੇ ਸਾਡੇ ਕਾਰਯੋਗ ਜਿਹੜੀ ਟੀਮ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਹਰਸ਼ਿੰਦਰ ਸਿੰਘ ਭਾਜੀ ਅਮੈਰੀਕਾ ਤੋਂ, ਸੈਰਲ ਤੋਂ, ਤੇ ਅੰਤਰਰਾਸ਼ਟਰੀ ਸਿੱਖ ਚੇਤਨਾ ਜਿਹੜੀ ਲਹਿਰ ਹੈ ਉਹਨਾਂ ਨੇ ਇਸ ਪ੍ਰੋਗਰਾਮ ਦੀ ਬੜਾ ਨੇੜੇ ਹੋ ਕੇ ਮਦਦ ਕੀਤੀ ਹੈ ਔਰ ਹਮੇਸ਼ਾ ਨਾਲ ਖੜੇ ਨੇ। ਮੈਂ ਸਾਰੇ ਵੀਰਾਂ ਦਾ ਜਿਹੜੇ ਜਿਹਦੇ ਵਿੱਚ ਸਰਦਾਰ ਹਰਜੀਤ ਸਿੰਘ ਬੋਤਲ ਨੇ, ਜੋਗਾ ਸਿੰਘ ਨੇ, ਸਾਰੇ ਜਿੰਨੇ ਮੇਰੇ ਵੀਰ ਨੇ, ਮੈਂ ਸਾਰਿਆਂ ਦੇ ਨਾਮ ਕਈ ਵਾਰੀ ਲੈਣੇ ਮੇਰੇ ਲਈ ਬੜੇ ਔਖੇ ਹੋ ਜਾਂਦੇ ਨੇ, ਪਰੰਤੂ ਯੈਸ ਅਜੈਬ ਸਿੰਘ ਸੈਦਲ ਨੇ, ਹਰਜੀਤ ਸਿੰਘ ਬੋਤਲ ਨੇ, ਸਾਰਿਆਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਇਹਨੂੰ ਚੜ੍ਹਦੀਆਂ ਕਲਾਂ 'ਚ ਰੱਖਣ ਦੇ ਲਈ, ਹਮੇਸ਼ਾ ਨਾਲ ਜਾਰੀ ਰੱਖਣ ਦੇ ਲਈ ਸਾਥ ਦਿੱਤਾ। ਸਾਰਿਆਂ ਦਾ, ਸਾਰੇ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਤੇ ਨਾਲ ਸਰਦਾਰ ਸਤਪਾਲ ਸਿੰਘ ਪੁਰੇਵਾਲ, ਸਤਿਕਾਰਯੋਗ ਸਾਡੇ ਵੀਰ ਨੇ, ਹਮੇਸ਼ਾ ਨਾਲ ਖੜੇ ਰਹਿੰਦੇ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ। ਤੇ ਇਹਦੇ ਵਿੱਚ ਤੁਸੀਂ ਜਿਹਦੇ ਵਿੱਚ ਕੋਈ ਵੀ ਇਹਨਾਂ ਪ੍ਰੋਗਰਾਮਾਂ ਨੂੰ ਨਿਰੰਤਰ ਜਾਰੀ ਰੱਖਣ ਦੇ ਲਈ ਹੱਥ ਵਟਾਉਣਾ ਤੇ ਮੈਂ ਤੁਹਾਡਾ ਸਾਰਿਆਂ ਦਾ, ਗੁਲਜਾਰ ਸਿੰਘ ਵੀਰ ਜੀ ਦਾ, ਕਈ ਵਾਰੀ ਮੈਨੂੰ ਨਾਮ ਬਹੁਤੇ ਚੇਤੇ ਨਹੀਂ ਰਹਿੰਦੇ, ਸੋ ਉਸ ਲਈ ਮੈਂ ਪਹਿਲਾਂ ਹੀ ਮਾਫ਼ੀ ਮੰਗ ਲਵਾਂ। ਤੇ ਤੁਸੀਂ ਸਾਰੇ ਸੰਪਰਕ ਕਰ ਸਕਦੇ ਹੋ ਮੇਰੇ ਨਾਲ ਸਿੱਧਾ, ਜਾਂ ਫਿਰ 604-440-6462 ਆਓ ਫਿਰ ਗੱਲਬਾਤ ਕਰਦੇ ਹਾਂ। ਇਸ ਵੇਲੇ ਸਰਦਾਰ ਸਾਡੇ ਕੋਲ, ਕਿਉਂਕਿ ਜਦੋਂ ਕੋਈ ਚੰਗਾ ਕਾਰਜ ਕਰਦਾ ਤੇ ਕੁਦਰਤੀ ਗੱਲ ਹੈ ਚੰਗੇ ਕਾਰਜ ਦੇ ਲਈ ਸਾਡਾ ਵੀ ਫਰਜ਼ ਬਣਦਾ ਇਸ ਮੰਚ ਦਾ ਕਿ ਅਸੀਂ ਉਹਨਾਂ ਦੇ ਨਾਲ ਖੜੀਏ। ਪਹਿਲੇ ਹਿੱਸੇ ਦੇ ਵਿੱਚ ਮੇਰੇ ਨਾਲ ਡਾਕਟਰ ਕੁਲਵੰਤ ਸਿੰਘ ਹੁਣੀ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਸ਼ਾਮਲ ਹੋਣਗੇ ਤੇ ਉਹਦੇ ਨਾਲ ਸਰਦਾਰ ਸਤਪਾਲ ਸਿੰਘ ਪੁਰੇਵਾਲ। ਪੁਰੇਵਾਲ ਸਾਹਿਬ ਨੂੰ ਪਹਿਲਾਂ ਗੱਲਬਾਤ ਕਰਦੇ ਹਾਂ। ਸਰਦਾਰ ਸਤਪਾਲ ਸਿੰਘ ਜੀ, ਪੁਰੇਵਾਲ ਸਾਹਿਬ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਅਸੀਂ, ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਤੁਹਾਡੀਆਂ ਸੋਸ਼ਲ ਮੀਡੀਆ ਤੇ ਪਈਆਂ ਤਸਵੀਰਾਂ ਕਿ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਖਾਲਸਾ ਸਕੂਲ ਦੀ ਨੀਂਹ ਹੈ ਜਿਹੜੀ ਉਹ ਪੱਕੀ ਹੋਈ ਹੈ ਔਰ ਹਰ ਐਤਵਾਰ ਨੂੰ ਤੁਹਾਡੇ ਬੱਚੇ ਨੇ ਜਿਹੜੇ ਉੱਥੇ ਜਾ ਕੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਤੇ ਸਿੱਖ ਵਿਰਸੇ ਨਾਲ ਜੁੜ ਰਹੇ ਨੇ, ਇਹ ਥੋੜਾ ਜਿਹਾ ਦੱਸੋਗੇ ਕਿ ਕਿੱਥੇ ਕੁ ਸਕੂਲ ਬਣਾਉਣ ਦਾ ਯਤਨ ਕਰ ਰਹੇ ਹੋ? ਕਿਉਂਕਿ ਹੁਣ ਬੂਰ ਪਿਆ ਇਹਨੂੰ, ਬੜੀਆਂ ਕਾਨੂੰਨੀ ਅੜਚਣਾਂ ਸਨ,
ਥੋੜੀ ਜਿਹੀ ਬੇਸਿਕ ਕਹਾਣੀ ਦੱਸਿਓ ਜੀ। ਜੀ ਮੈਂ ਸਮਝਦਾ ਕਿ ਜਿਹੜੀ ਨਾ ਬੇਸਿਕ ਜ਼ਿਆਦਾ ਜਾਣਕਾਰੀ ਵੈਬਸਾਈਟ ਬਾਰੇ ਤੇ ਜ਼ਮੀਨ ਬਾਰੇ ਸਾਰੀ ਜਾਣਕਾਰੀ ਮੈਂ ਸਮਝਾਂਗਾ ਕਿ ਡਾਕਟਰ ਕੁਲਵੰਤ ਸਿੰਘ ਹੋਣੀ ਇਸ ਗੱਲ ਤੋਂ ਉਹਨਾਂ ਸਾਰਾ ਕੁਛ ਲਿਖਿਆ ਉਹ ਪ੍ਰਪੇਅਰ ਨੇ ਤੇ ਉਹ ਵੱਧ ਜਾਣਕਾਰੀ ਤੁਹਾਡੇ ਨਾਲ ਸਾਰੀ ਸਾਂਝੀ ਕਰਨਗੇ। ਮੈਂ ਸਿਰਫ ਕੁਝ ਬੇਨਤੀਆਂ ਨੇ ਜਿਹੜੀਆਂ ਮੈਂ ਸਮਝਦਾ ਵੀ ਵੇਖੋ ਕੁਝ ਸਾਲ ਪਹਿਲੋਂ ਸਿਰਫ 60-70 ਬੱਚੇ ਸਨ ਜਦੋਂ ਸਾਡੇ ਕੋਲ ਜਦੋਂ ਇਹ ਸਕੂਲ ਸ਼ੁਰੂ ਹੋਇਆ ਤੇ ਇੱਕ ਵਧੀਆ ਮੈਨੇਜਮੈਂਟ ਮਿਲਣ ਕਰਕੇ ਤੇ ਦਿਨ ਪ੍ਰਤੀ ਦਿਨ ਜਿਹੜੀਆਂ ਜੋ ਸਾਡੀਆਂ ਗਤੀਵਿਧੀਆਂ ਸੀਗੀਆਂ ਉਹ ਸਕੂਲ ਨੂੰ ਚਲਾਉਣ ਦੀਆਂ ਤੇ ਬੱਚਿਆਂ ਨੂੰ ਟੇਕਰ ਜਿਸ ਢੰਗ ਨਾਲ ਹੋ ਰਹੀ ਸੀ ਜਿਸ ਢੰਗ ਨਾਲ ਉਹ ਸਿੱਖਿਆ ਦੇ ਰਹੇ ਸਨ ਜਿੰਨੇ ਵੀ ਵਲੰਟੀਅਰਸ ਜਾਂ ਜਿੰਨਾ ਵੀ ਸਟਾਫ ਸਾਡਾ ਉੱਥੇ ਹੈਗਾ ਇੱਕ ਬਹੁਤ ਵਧੀਆ ਗੱਲ ਸੀ ਤੇ ਅੱਜ 320 ਦੇ ਕਰੀਬ ਬੱਚੇ ਮਤਲਬ ਸਾਡੇ ਕੋਲ ਨੇ ਉੱਥੇ। ਸਭ ਤੋਂ ਵੱਡੀ ਗੱਲ ਤੇ ਹੈ ਕਿ ਮੈਂ ਫਿਰ ਪਹਿਲਾਂ ਮੈਂ ਸਭ ਤੋਂ ਵੱਧ ਸ਼ੁਕਰਗੁਜ਼ਾਰ ਕਰਨਾ ਚਾਹੁੰਦਾ ਸਰਦਾਰ ਜਸਮੀਤ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਅੱਗੇ ਲੱਗ ਕੇ ਤੁਰੀ ਹੋਈ ਹੈ। ਚਲੋ ਅਸੀਂ ਤਾਂ ਸਾਥ ਦੇਣ ਵਾਲਿਆਂ ਚਾ ਇੱਕ ਵਧੀਆ ਗੱਲ ਜਿਹੜੀ ਮੇਨ ਚੀਜ਼ ਮੈਨੂੰ ਸਭ ਤੋਂ ਵਧੀਆ ਚੰਗੀ ਚੀਜ਼ ਲੱਗੀ ਹੈ ਨਾ ਉਹ ਸਕੂਲ ਦੇ ਵਿੱਚ ਮੈਂ ਉਹਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਇਸ ਵਕਤ ਜਿਹੜੀ ਗੱਲ ਉੱਭਰ ਕੇ ਬਾਹਰ ਆਈ ਹੈ ਕਿ ਸਾਡੀ ਕੌਮ ਵਿੱਚ ਬੇਅੰਤ ਬੰਦੇ ਨੇ ਜਿਹੜੇ ਸਾਥ ਜਿਹੜਾ ਕੌਮ ਲਈ ਕੁਛ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਨਹੀਂ ਮਿਲਦਾ। ਪੈਸੇ ਪੱਖੋਂ ਵੀ ਮਦਦ ਕਰਨਾ ਚਾਹੁੰਦੇ ਨੇ ਉਹ ਆਪਣਾ ਯੋਗਦਾਨ ਜਿਸ ਵੀ ਢੰਗ ਨਾਲ ਉਹ ਪਾ ਸਕਣ ਪਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਤੇ ਇਸ ਮੈਨੇਜਮੈਂਟ ਨੇ ਇੱਕ ਉਹ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਇਹ ਮੈਂ ਤੁਹਾਨੂੰ ਪਹਿਲੀ ਗੱਲ ਦੱਸਦਾ ਜਦੋਂ ਪਹਿਲੀ ਵਾਰੀ ਜ਼ਮੀਨ ਲੈਣ ਦਾ ਜਿਹੜਾ ਜਦੋਂ ਜ਼ਿਕਰ ਚੱਲਿਆ ਤੇ ਬਹੁਤ ਸ਼ਾਰਟ ਨੋਟਿਸ ਵਿੱਚ ਅਸੀਂ ਸਾਰਾ ਕਾਲ ਕਰਕੇ ਬੰਦਿਆਂ ਨੂੰ ਦੱਸਿਆ ਸੀ ਤੇ ਹੈਰਾਨੀ ਹੋਈ ਕਿ $5,50,000 ਦੋ ਘੰਟਿਆਂ ਦੇ ਵਿੱਚ ਬੰਦਿਆਂ ਨੇ ਡੋਨੇਟ ਕਰਤਾ। $5,50,000 ਤੇ ਉਦੋਂ ਸੈਟ ਟਾਈਮ ਚ ਇੱਕ ਹੈਗੀਆਂ ਨੇ ਬੱਚੀਆਂ ਕੰਮ ਕਰਦੀਆਂ ਇੱਥੇ ਤੇ ਉਹਨਾਂ ਦੇ ਵਿੱਚੋਂ ਵੀ ਆਈਆਂ ਹੋਈ ਹੈਰਾਨ ਹੋ ਗਈਆਂ ਵੇਖ ਕੇ ਵੀ ਕਮਾਲ ਆ ਤੁਹਾਡੀ ਕਮਿਊਨਿਟੀ ਦਾ ਹਨਾ ਉਹ ਕਾਫੀ ਦਿਨਾਂ ਤੋਂ ਸਾਡੇ ਨਾਲ ਉਸ ਸਮੇਂ ਉਸ ਲਿੰਕ ਦੇ ਵਿੱਚ ਮਤਲਬ ਉਹ ਇੱਕ ਗੱਲ ਤੇ ਮੋਹਰ ਲੱਗੀ। ਉਦੋਂ ਬਾਅਦ ਉਸ ਜ਼ਮੀਨ ਲੈਣ ਲਈ $1.1 million ਦੀ ਲੋੜ ਸੀ ਤੇ ਉਹ ਵੇਖ ਲਓ ਵੀ ਬਹੁਤ ਛੇਤੀ ਉਦੋਂ ਬਾਅਦ ਇਕੱਠਾ ਹੋ ਗਿਆ ਉਹ ਗੱਲ ਵੱਖਰੀ ਝਿੜਕਾ ਪੈ ਗਿਆ ਉਹਦੇ ਬਾਰੇ ਡਾਕਟਰ ਕੁਲਵੰਤ ਸਿੰਘ ਤੁਹਾਨੂੰ ਦੱਸਣਗੇ ਜ਼ਿਕਰ ਕਰਨਗੇ ਦੱਸਣਗੇ ਤੁਹਾਨੂੰ ਪਰ ਇਹ ਵੇਖੋ ਬਈ ਉਹ ਸਾਰੀ ਜ਼ਮੀਨ ਉਹ ਕੈਸ਼ ਲੈ ਕੇ ਹੁਣ ਉਹ ਨਿਬੜ ਗਿਆ ਕੰਮ ਉਹਦਾ ਜਦੋਂ ਉਸ ਹਾਲਾਂਕਿ ਉਸ ਪ੍ਰੋਪਰਟੀ ਦੇ ਕੇਸ ਚੱਲਣ ਕਰਕੇ ਹੋਰ ਜਗ੍ਹਾ ਵੇਖ ਰਹੇ ਸਨ ਕਿਉਂਕਿ ਜਿੱਥੇ ਰੈਂਟ ਸੀ ਅਸੀਂ ਕੰਮ ਕਰ ਰਹੇ ਇੱਥੇ ਰੈਂਟ ਕਾਫੀ ਸੀ ਤੇ ਚਲੋ ਉੱਥੇ ਕੁਛ ਸਾਨੂੰ ਹੋਰ ਪ੍ਰੋਪਰਟੀ ਮਿਲ ਜੇ ਤੇ ਉਹ ਇੱਕ ਜਗ੍ਹਾ ਮਿਲ ਗਈ ਸੀ ਜਿੱਦਣ ਉਹਦੇ ਤੇ ਪਿਛਲੇ ਐਤਵਾਰ ਹੀ ਹਾਲੇ ਉੱਥੇ ਇੱਕ ਦੀਵਾਨ ਸਜਾਇਆ ਗਿਆ ਉਹ ਵਿਖਾਲਣ ਵਾਸਤੇ ਸਿਆਟਾ ਦੀ ਸਿੱਖ ਸੰਗਤ ਨੂੰ ਤੇ ਫਿਰ ਉਸ ਦਿਨ ਵੀ $2,07,000 $7,000 ਤੇ ਜਦੋਂ ਮੈਂ ਤੁਰਿਆ ਮੇਰੇ ਖਿਆਲ ਤੋਂ ਬਾਅਦ ਵੀ ਹੋਇਆ ਹੋਗਾ $2,07,000 ਫਿਰ ਆਪਣੀ ਕਮਿਊਨਿਟੀ ਨੂੰ ਉਦਣ ਵੀ ਉੱਥੇ ਦੇ ਦਿੱਤਾ ਸਿਰਫ ਇਸ ਭਰੋਸੇ ਨਾਲ ਕਿ ਜਿਹੜੀ ਪ੍ਰਬੰਧਕ ਕਮੇਟੀ ਜਾਂ ਜਿਹੜੀ ਮੈਨੇਜਮੈਂਟ ਅੱਗੇ ਲੱਗੀ ਹੈ ਇਹ ਕੌਮ ਲਈ ਕੁਛ ਨਾ ਕੁਛ ਕਰੇ ਤੇ ਮੈਂ ਸਾਰੇ ਜਿੰਨੇ ਵੀ ਬੰਦੇ ਉੱਥੇ ਸੰਗਤ ਜਿਨ੍ਹਾਂ ਨੇ ਸਹਿਯੋਗ ਦੇਣ ਦੇ ਨੇ ਜਿਹੜੇ ਤੁਰੇ ਨਾਲ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਅੱਗੋਂ ਉਹਨਾਂ ਨੂੰ ਹੋਰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਇਹਦੀ ਸਾਨੂੰ ਬਹੁਤ ਲੋੜ ਸੀ ਤੇ ਸਾਡੇ ਸਿੱਖ ਬੱਚੇ ਕਿਤੇ ਨਾ ਕਿਤੇ ਜੋ ਵੀ ਮਰਜ਼ੀ ਅਸੀਂ ਜਿੰਨਾ ਮਰਜ਼ੀ ਕੰਟਰੋਲ ਕਰ ਲਈਏ ਜਿੰਨਾ ਮਰਜ਼ੀ ਪ੍ਰਚਾਰ ਕਰਾ ਲਈਏ ਕਿਤੇ ਨਾ ਕਿਤੇ ਥੋੜੀ ਬਹੁਤੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਸਕੂਲਾਂ 'ਚ ਤੇ ਇੱਥੇ ਆਪਣੇ ਬੱਚੇ ਆਪਣਾ ਭਵਿੱਖ ਆਜ਼ਾਦੀ ਨਾਲ ਪੜਨਗੇ ਕੋਈ ਮਤਲਬ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਆਏਗੀ ਔਰ ਹੁਣ ਵੀ ਇਸ ਵਕਤ ਵੀ ਜਦੋਂ ਤੁਸੀਂ ਕਲਾਸਾਂ ਦੀਆਂ ਗੱਲਾਂ ਕਰਦੇ ਹੋ ਤੇ ਮਤਲਬ ਬੱਚਿਆਂ ਦਾ ਜਿਹੜਾ ਐਤਵਾਰ ਦਾ ਉਹ ਦਿਨ ਐਤਵਾਰ ਜਾਂ ਜਿਸ ਦਿਨ ਸੈਚਰਡੇ ਜਾਂ ਹੋਰ ਜਿਹੜੇ ਪ੍ਰੋਗਰਾਮ ਲਿਖ ਕੇ ਜਾਂਦੇ ਨੇ ਬੱਚੇ ਇਸ ਗੱਲ ਤੇ ਦਿੱਕਤ ਨਹੀਂ ਕਿ ਸਕੂਲ ਤੋਂ ਉਮਰ ਚ ਬੱਚੇ ਭੱਜਦੇ ਨੇ ਜਾਂ ਕੋਈ ਹਨਾ ਉਦਨ ਚਾਹ ਹੁੰਦਾ ਉਹਦਾ ਐਤਵਾਰ ਨੂੰ ਉਡੀਕਦੇ ਹੁੰਦੇ ਨੇ ਬੱਚੇ ਵੀ ਇੱਕ ਦਿਨ ਆਉਣਾ ਤੇ ਆਪਾਂ ਉਦਨ ਚੱਲਣਾ ਇੰਨੇ ਆਨੰਦ ਨਾਲ ਇੰਨੀ ਖੁਸ਼ੀ ਨਾਲ ਤੇ ਕਿਤੇ ਕੋਈ ਲੜਾਈ ਝਗੜਾ ਕਿਤੇ ਕੋਈ ਕਿਸੇ ਕਿਸਮ ਦੀ ਉਹ ਜਿਹੜੀ ਖਿਚਾ ਧਰੋਈ ਅਕਸਰ ਗੁਰਦੁਆਰੇ ਚ ਸਕੂਲ ਚਲਾਉਣ ਚ ਜਦੋਂ ਬੱਚੇ ਨੂੰ ਫੇਸ ਕਰਨੀ ਪੈਂਦੀ ਹੈ ਉਹਦੇ ਤੋਂ ਕੰਪਲੀਟਲੀ ਪਾਸੇ ਕਦੀ ਕਿਸੇ ਬੱਚੇ ਦਾ ਕੋਈ ਇਹੋ ਜਿਹਾ ਸਵਾਲ ਨਹੀਂ ਹੁੰਦਾ ਤੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਇਹ ਕੱਲੀ ਗੁਰਮੁਖੀ ਨਹੀਂ ਸਿਖਾਈ ਜਾ ਰਹੀ ਬੱਚਿਆਂ ਨੂੰ ਮਤਲਬ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਉਹਦੇ ਨਾਲ ਨਾਲ ਕੰਪਿਊਟਰ ਦੀਆਂ ਕਲਾਸਾਂ ਉਹਦੇ ਨਾਲ ਰੋਬੋਟਸ ਵਗੈਰਾ ਬੱਚਿਆਂ ਨੂੰ ਬਣਾਉਣ ਦਾ ਪ੍ਰੋਗਰਾਮ ਵੱਖਰਾ ਇੱਕ ਸਪੈਸ਼ਲ ਕੈਂਪ ਲਾਇਆ ਜਾਂਦਾ ਹੈ ਨਾਲ ਜਿਹੜੇ ਬੱਚੇ ਮੈਥ ਨੇ ਉਹਨਾਂ ਨੂੰ ਉਹ ਸਿਖਾਲਣ ਵਾਸਤੇ ਮਤਲਬ ਕੋਈ ਸਰਬ ਪੱਖੀ ਵਿਕਾਸ ਜਿਹਨੂੰ ਮੈਂ ਕਹਿ ਸਕਦਾ ਉੱਥੇ ਬੱਚਿਆਂ ਦਾ ਹੋ ਰਿਹਾ ਤੇ ਮੈਂ ਅਪੀਲ ਕਰਨਾ ਚਾਹਾਂਗਾ ਸੈਟਲ ਵਾਸੀਆਂ ਨੂੰ ਤੇ ਬਾਕੀ ਵੀ ਆਪਣੀ ਸਿੱਖ ਸੰਗਤ ਨੂੰ ਤੇ ਧੰਨਵਾਦ ਵੀ ਕਰਨਾ ਚਾਹਾਂਗਾ। ਇੱਕ ਤੁਹਾਨੂੰ ਮੈਂ ਹੋਰ ਜ਼ਿਕਰ ਕਰਦਾ ਹੈਰਾਨੀ ਦੀ ਗੱਲ ਵੇਖੋ ਵੀ ਇੰਨੇ ਵਲੰਟੀਅਰ ਅੱਗੇ ਆ ਰਹੇ ਨੇ ਇੱਕ ਬੀਬੀ ਅਜੇ ਹੁਣੇ ਜਵਾਨ 2-3 ਹਫ਼ਤੇ ਪਹਿਲਾਂ ਉਹਨੇ ਮਤਲਬ ਜੁਆਇਨ ਕੀਤਾ ਉਹ ਕਹਿੰਦੀ ਵੀ ਮੈਂ ਜਿਹੜੇ ਚਲੋ ਇਹ ਤੁਸੀਂ ਤਾਂ ਬੱਚਿਆਂ ਨੂੰ ਸਿਖਾ ਰਹੇ ਮੈਂ ਜਿਹੜੇ ਆਪਣੇ ਬਜ਼ੁਰਗ ਨੇ ਜਿਹੜੇ ਪਿਛਾਹ ਨੇ ਪਿੱਛੇ ਨੇ ਜਾਂ ਵੱਡੇ ਨੇ ਜਿਹੜੇ ਕੰਪਿਊਟਰ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਹੁੰਦੀਆਂ ਨੇ ਜਿਹਨਾਂ ਨੂੰ ਨਹੀਂ ਚਲਾਉਣਾ ਆਉਂਦਾ ਮੈਂ ਉਹਨਾਂ ਨੂੰ ਸਿਖਾਉਣਾ ਕਿ ਉਹ ਮੈਂ ਵੀ ਕਲਾਸ ਲਈ ਉਹ
ਬਾਹਠ ਸਾਲ ਦੀ ਉਮਰ ਚ ਬੜੀ ਇੰਟਰਸਟਿਡ ਕਲਾਸ, ਮੈਂ ਬਹੁਤ ਐਕਸਾਈਟਿਡ ਹੋਇਆ ਉਹਦੇ ਤੋਂ। ਤੇ ਮਤਲਬ ਡਿੰਪੀ ਗਿੱਲ ਜੀ ਨੇ, ਉਹਨਾਂ ਦਾ ਮੈਂ ਜ਼ਿਕਰ ਕਰਾਂਗਾ, ਇੰਨੇ ਸੁਚੱਜੇ ਢੰਗ ਨਾਲ ਉਹਨਾਂ ਨੇ ਸ਼ੁਰੂ ਕੀਤਾ ਵੀ ਜਿਹੜੇ ਤੁਸੀਂ ਪੜ੍ਹ ਰਹੇ ਹੋ ਬਹੁਤ ਔਖਾ ਕੰਮ ਨੇ, ਔਰ ਇਹਨਾਂ ਦਾ ਕਨਵਿੰਸਿੰਗ ਪਾਵਰ ਬਿਲਕੁਲ ਇੰਨੀ ਜ਼ਿਆਦਾ ਕਿ ਤੁਸੀਂ ਇਹ ਮਤਲਬ ਜੋ ਦੱਸਦੇ ਨੇ ਕਿ ਤੁਸੀਂ ਹੌਸਲੇ ਨਾਲ ਤੁਰੋ, ਤੁਸੀਂ ਕਾਮਯਾਬ ਹੋ ਗਏ ਹਰ ਹਾਲ। ਸੋ ਮੈਂ ਸਮਝਣਾ ਕਿ ਡਾਕਟਰ ਕੁਲਵੰਤ ਸਿੰਘ ਹੋਣੀ ਬਾਕੀ ਜਾਣਕਾਰੀ ਸਕੂਲ ਦੀ ਕਿਸ ਧਾਰਾ ਦੇ ਤਹਿਤ ਰਜਿਸਟਰਡ ਹੈ, ਕਿਸੇ ਨੂੰ ਇਹ ਨਾ ਭੁਲੇਖਾ ਹੋਏ ਵੀ ਪਤਾ ਨੀ ਇਹ ਨਾ ਕੋਈ ਆਪਣੀ ਨਿੱਜੀ ਜਾਇਦਾਦ ਬਣਾ ਲਈ ਹੈ, ਇਹਦੀ ਸਾਰੀ ਜਾਣਕਾਰੀ ਕੰਪਲੀਟ ਜਿਹੜੀ ਆ ਉਹ ਡਾਕਟਰ ਕੁਲਵੰਤ ਸਿੰਘ ਹੋਣੀ ਤੁਹਾਡੇ ਨਾਲ ਨੇ ਉਹ ਦੇਣਗੇ। ਤੇ ਮੈਂ ਤੇ ਇੱਥੇ ਹੀ ਬਸ ਕਰਦਾ ਸਿਆਟਲ ਵਾਸੀਆਂ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਦਿਲੋਂ ਧੰਨਵਾਦ ਕਰਦਾ ਉਹਨਾਂ ਦਾ, ਤੇ ਉਹਨਾਂ ਸਾਰੇ ਵਲੰਟੀਅਰਸ ਦਾ ਜਿਹੜੇ ਦਿਨ ਪ੍ਰਤੀ ਦਿਨ ਅੱਗੇ ਆ ਰਹੇ ਨੇ, ਤੇ ਉਹਨਾਂ ਸਾਰੀਆਂ ਸ਼ਖਸੀਅਤਾਂ ਦਾ ਜਿਹੜੇ ਮਤਲਬ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਿਆ, ਜਿਹਨਾਂ ਨੂੰ ਹੁਣ ਸਮਾਂ ਮਿਲ ਰਿਹਾ ਵੀ ਚਲੋ ਅਸੀਂ ਵੀ ਕੁਛ ਕੌਮ ਲਈ ਕਰ ਚਲੀਏ, ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ, ਤੇ ਤੁਹਾਡਾ ਵੀ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਗੱਲ ਕਰਨ ਵਾਸਤੇ, ਤੇ ਸਾਰੀਆਂ ਸਰੋਤਿਆਂ ਦਾ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰੇਵਾਲ ਸਾਹਿਬ, ਸਾਨੂੰ ਤੁਹਾਡੇ ਤੇ ਬੜਾ ਮਾਣ ਹੈ ਕਿਉਂਕਿ ਬਹੁਤੇ ਸਰੋਤਿਆਂ ਨੂੰ ਇਹ ਨਹੀਂ ਪਤਾ ਕਿ ਪੁਰੇਵਾਲ ਸਾਹਿਬ ਇਕੱਲੇ ਪੰਥਕ ਤੌਰ ਤੇ ਹੀ ਸਰਗਰਮ ਨੇ, ਸੋਸ਼ਲ ਤੌਰ ਤੇ ਵੀ ਸਿਆਟਲ ਇਲਾਕੇ ਦੇ ਵਿੱਚ ਸਰਗਰਮ ਨੇ, ਭਾਵੇਂ ਆਪਣੀ ਰੋਜ਼ੀ ਰੋਟੀ ਦੇ ਨਾਲ ਨਾਲ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਮਾਰਕਾ ਮਾਰਿਆ, ਬਹੁਤੇ ਮੇਰੇ ਵੀਰਾਂ ਨੂੰ ਸ਼ਾਇਦ ਇਹਦੇ ਬਾਰੇ ਗਿਆਨ ਨਾ ਹੋਵੇ। ਇੱਕ ਇਹਨਾਂ ਨੇ ਵੈਬਸਾਈਟ ਤਿਆਰ ਕੀਤੀ ਸੀ ਜਿਹੜੀ ਮੈਂ ਗੁਰਬਾਣੀ ਵਿਚਾਰ ਦੇ ਵਿੱਚ ਜਿਸ ਚੋਂ ਮੈਂ ਆਰੰਭਤਾ ਕੀਤੀ ਸੀ ਕਿ ਸ਼ੁੱਧ ਗੁਰਬਾਣੀ ਦਾ ਉਚਾਰਨ ਕਿਵੇਂ, ਏਕ ਤੋਂ ਹੀ .com ਇਹ ਉਹੀ ਪੁਰੇਵਾਲ ਨੇ, ਏਕ ਤੋਂ ਹੀ .com EKTUHIV ਕਰ ਸਕਦੇ ਹੋ ਜਾਂ ਫਿਰ ਏਕ ਪੰਜਾਬੀ ਚ ਲਿਖ ਕੇ ਵੀ ਕਰ ਸਕਦੇ ਹੋ। ਬਹੁਤ ਵਧੀਆ ਇੱਕ ਵੈਬਸਾਈਟ ਹੈ ਜਿਹਦੇ ਵਿੱਚ ਸ਼ੁੱਧ ਗੁਰਬਾਣੀ ਦਾ ਉਚਾਰਨ ਕਰਕੇ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹਨਾਂ ਨੇ ਬੜੀ ਮਿਹਨਤ ਕਰਕੇ ਇਹ ਤਿਆਰ ਕਰਵਾਈ ਹੈ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਹੁਣ ਖਾਲਸਾ ਸਕੂਲ ਸਿਆਟਲ ਦੇ ਲਈ ਪੂਰੇ ਟੀਮ ਦੇ ਨਾਲ ਸਰਗਰਮ ਨੇ ਵਲੰਟੀਅਰ ਸਾਰੇ ਕੰਮ ਕਰ ਰਹੇ ਨੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਚੜ੍ਹਦੀਆਂ ਕਲਾਂ ਚ ਰਹਿ ਕੇ ਕੌਮ ਦੀ, ਮਨੁੱਖਤਾ ਦੀ, ਇਨਸਾਨੀਅਤ ਦੀ, ਸਾਡੀ ਆਉਣ ਵਾਲੀ ਪਨੀਰੀ ਦੀ ਸੇਵਾ ਕਰਦੇ ਰਹੋ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ। ਡਾਕਟਰ ਕੁਲਵੰਤ ਸਿੰਘ ਜੀ, ਪ੍ਰੋਗਰਾਮ ਦਿਲਾਂ ਦੀ ਸਾਂਝ KRP ਰੇਡੀਓ 1550 AM ਬੈਂਡ ਤੇ ਦਿਲ ਦੀਆਂ ਗੱਲਾਂ ਚ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਰਿਆਂ ਸਾਡੇ ਤਾਂ ਚਲੋ ਮੰਨੇ ਆ ਵੀ ਸਰੀ ਪੰਜਾਬ ਹੈ, ਦੂਜਾ ਸਾਡੇ ਇੱਥੇ 5-6 ਸਕੂਲ ਜ਼ਿਆਦਾ ਹੀ ਖਾਲਸਾ ਸਕੂਲ ਇਸ ਤਰ੍ਹਾਂ ਦੇ ਪੰਜਾਬੀ ਸਕੂਲ ਚੱਲਦੇ ਆ। ਤੁਹਾਡੇ ਪਤਾ ਲੱਗਾ ਕਿ ਸਿਆਟਲ ਦੇ ਵਿੱਚ ਪਹਿਲੀ ਵਾਰੀ ਇਹ ਸਕੂਲ ਬਣਨ ਚੱਲਿਆ ਸੀ ਤੇ ਉਹਦੇ ਵਿੱਚ ਜ਼ਮੀਨ ਦਾ ਕਹਿੰਦੇ ਕੋ ਅੜਿੱਕਾ ਪੈ ਗਿਆ ਸੀ, ਇਹ ਪਿਛਲੇ ਮਹੀਨੇ ਜਿਹੜੀ ਰਜਿਸਟਰੀ ਹੋਈ ਹੈ ਉਹਦੇ ਬਾਬਤ ਥੋੜਾ ਜਿਹਾ ਜ਼ਿਕਰ ਕਰੋ, ਕਿੰਨੀ ਕੁ ਥਾਂ ਹੈ ਇਹ, ਕੀ ਦਿਮਾਗ ਦੇ ਵਿੱਚ ਆਈ ਕਿ ਅਸੀਂ ਵੀ ਇਹੋ ਜਿਹਾ ਕੋਈ ਨਾ ਕੋਈ ਚੰਗਾ ਕਾਰਜ ਕਰੀਏ ਜੀ। ਹਾਂਜੀ ਭਾਈ ਸਾਹਿਬ, ਸਾਡੇ ਐਕਚੁਅਲੀ ਜਿਹੜੀ ਸਾਡੀ ਟੀਮ ਹੈਗੀ ਹੈ ਖਾਲਸਾ ਗੁਰਮਤਿ ਸਕੂਲ ਦੀ, ਉਹਨਾਂ ਦਾ ਮਕਸਦ ਇਹੀ ਹੈ ਕਿ ਇਸ ਏਰੀਏ ਚ ਕੋਈ ਇਹੋ ਜਿਹਾ ਇੰਸਟੀਟਿਊਸ਼ਨ ਬਣਾਇਆ ਜਾਵੇ ਜਿਹੜਾ ਆਪਣੀ ਕਮਿਊਨਿਟੀ ਆਪਣੇ ਬੱਚਿਆਂ ਵਾਸਤੇ ਉਹਨਾਂ ਨੂੰ ਅੱਗੇ ਲਿਜਾ ਸਕੇ, ਐਜੂਕੇਸ਼ਨ ਦੇ ਬੇਸ ਤੇ, ਇੰਪਾਵਰਮੈਂਟ ਦੇ ਬੇਸ ਤੇ, ਇਹਦੇ ਬੱਚਿਆਂ ਦੀ ਜਿਹੜੀ ਹੈਗੀ ਹੈ ਤਾਂ ਕਿ ਉਹ ਅੱਗੇ ਜਾ ਕੇ ਜਿੱਦਾਂ ਵੀ ਅਲੱਗ ਅਲੱਗ ਕਮਿਊਨਿਟੀ ਚ ਏਰੀਆ ਹੈਗਾ ਆ, ਜਿੱਦਾਂ ਪੋਲੀਟੀਕਲ ਏਰੀਆ ਹੋ ਗਿਆ, ਹਾਂਜੀ, ਜਾਂ ਸੋਸ਼ਲ ਏਰੀਆ ਹੋ ਗਿਆ, ਜਾਂ ਲੀਗਲ ਏਰੀਆ, ਕਿਸੇ ਵੀ ਏਰੀਆ ਚ ਜਿਹੜੇ ਬੱਚੇ ਹੈਗੇ ਵੱਧ ਚੜ੍ਹ ਕੇ ਭਾਗ ਲੈਣ ਤਾਂ ਆਪਣੀ ਜਿਹੜੀ ਕੌਮ ਹੈਗੀ ਆ ਉਹਦਾ ਨਾਂ ਉੱਚਾ ਕਰਨ। ਤੇ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਹਦਾ ਜੇਕਰ ਤੁਸੀਂ ਮੈਂਸ਼ਨ ਕੀਤਾ ਹੈਗਾ ਕਿ ਕੋਈ ਇਸ਼ੂ ਆ ਗਿਆ ਸੀਗਾ, ਉਹ ਪ੍ਰਾਪਰਟੀ ਐਕਚੁਅਲੀ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਮਿਲ ਗਈ ਹੈਗੀ ਹੈ, ਤੇ ਬਖਸ਼ਿਸ਼ ਵਾਹਿਗੁਰੂ ਦੀ ਹੈਗੀ ਹੈ। ਉਹਦਾ ਇਸ਼ੂ ਇਹ ਆਇਆ ਸੀਗਾ ਕਿ ਜਿਹੜੇ ਸੈਲਰ ਸੀਗੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਪ੍ਰਾਪਰਟੀ ਦੀ ਵੈਲਿਊ ਥੋੜੀ ਜ਼ਿਆਦਾ ਹੈਗੀ ਹੈ, ਤੇ ਜਿਹੜਾ ਡੀਲਰ ਸੀ ਬੰਦਾ ਉਹਨੇ ਕਦੇ ਸਾਈਨ ਕਰਤੇ ਤੇ ਉਹਨੇ ਕਿਹਾ ਮੈਨੂੰ ਆਥੋਰਾਈਜ਼ੇਸ਼ਨ ਹੈਗੀ ਹੈ ਕਿ ਮੈਂ ਇਹ ਤੁਹਾਨੂੰ ਜ਼ਮੀਨ ਦੇਣਾ ਚਾਹੁੰਦਾ ਹੈਗਾ, ਪਰ ਜਿਹੜਾ ਸੈਲਰ ਵਾਲੇ ਬੰਦਾ ਓਨਰ ਸੀਗਾ ਉਹ ਪਿੱਛੇ ਹਟ ਗਿਆ, ਉਹਨੇ ਕਿਹਾ ਮੈਂ ਸਾਈਨ ਨਹੀਂ ਕੀਤੇ ਹੈਗੇ। ਹਾਂਜੀ, ਤੇ ਇਹ ਜਿਹੜੀ ਗੱਲ ਹੈਗੀ ਹੈ ਆਲਮੋਸਟ ਸਾਲ ਹੀ ਲੰਘਿਆ ਇਹਨੂੰ, ਪਰ ਅਸੀਂ ਸਲਾਹ ਕੀਤੀ ਸਾਰਿਆਂ ਨੇ ਸਾਧ ਸੰਗਤ ਚ ਬੈਠ ਕੇ, ਹਾਂਜੀ, ਜਿਹੜੇ ਅਡਮਿਨ ਹੈਗੇ ਉਹਨਾਂ ਬੈਠ ਕੇ ਕੀਤੀ, ਤੇ ਫਿਰ ਸਾਨੂੰ ਕੇਸ ਕਰਨਾ ਚਾਹੀਦਾ ਹੈਗਾ ਆ ਕਿਉਂਕਿ ਪ੍ਰੋਪਰਟੀ ਗੁੱਡ ਹੈਗੀ ਆ, 20 acres ਦੀ ਪ੍ਰੋਪਰਟੀ ਹੈਗੀ ਆ, ਤੇ ਕਾਫੀ ਖੁੱਲੀ ਜਗ੍ਹਾ ਹੈਗੀ ਆ, ਤੇ ਏਰੀਆ ਵੀ ਨਾਈਸ ਹੈਗਾ ਆ, ਖੁੱਲਾ ਡੋਲਾ ਏਰੀਆ ਹੈਗਾ ਜਿੱਥੇ ਬੱਚਿਆਂ ਦਾ ਸਕੂਲ ਵਧੀਆ ਇੰਸਟੀਟਿਊਸ਼ਨ ਬਣ ਸਕਦਾ ਹੈਗਾ ਆ, ਹਾਂਜੀ, ਅਲੱਗ ਅਲੱਗ ਫੇਜ਼ ਚ। ਹਾਂਜੀ, ਉਹ ਫਿਰ ਗੁਰੂ ਦੀ ਕਿਰਪਾ ਨਾਲ ਕੇਸ ਹੋਇਆ,
ਖੇਤ ਆਪਣੇ ਜਿਹੜੀ ਸਤਸੰਗ ਦਾ ਹਿੱਸਾ ਸੀਗਾ, ਸਤਸੰਗ ਦੀ ਕਿਰਪਾ ਨਾਲ ਤੇ ਉਹ ਸਾਨੂੰ ਪ੍ਰਾਪਰਟੀ ਮਿਲ ਗਈ ਹੈਗੀ ਆ। ਵਾਹ ਜੀ ਵਾਹ, 20 ਏਕੜ ਦੀ ਪ੍ਰਾਪਰਟੀ ਜਿੱਥੇ ਖਾਲਸਾ ਗੁਰਮਤ ਸਕੂਲ ਤੁਸੀਂ ਬਣਾਉਣ ਦਾ ਉਪਰਾਲਾ ਕਰ ਰਹੇ ਹੋ, ਇਸ ਵੇਲੇ ਤਕਰੀਬਨ ਵੀਕਐਂਡ ਦੇ ਵਿੱਚ ਚੱਲ ਰਿਹਾ ਜਾਂ ਫੁੱਲ ਟਾਈਮ ਚੱਲ ਰਹੇ ਆ ਜੀ? ਆਈਡੀਆ ਇਹ ਹੈਗਾ ਭਾਈ ਸਾਹਿਬ ਕੇ ਸਾਰੇ ਦਿਨ ਚੱਲਣ, ਪਰ ਜਿਹੜੀ ਹੁਣ ਜਿਹੜੀ ਹੈ ਲੋਕੇਸ਼ਨ, ਜਿਹੜੀ ਪ੍ਰੈਜੈਂਟ ਲੋਕੇਸ਼ਨ ਹੈਗੀ ਆ, ਉੱਥੇ ਬੱਚਿਆਂ ਦਾ ਪ੍ਰੋਗਰਾਮ ਚੱਲਦਾ ਹੈਗਾ ਆ, ਜਿਹਦੇ ਵਿੱਚ ਬੱਚੇ ਗੁਰਮਤ ਹਾਂਜੀ ਗੁਰਮੁਖੀ ਸਿੱਖਦੇ ਹੈਗੇ ਆ, ਹਿਸਟਰੀ ਦੀਆਂ ਕਲਾਸਾਂ ਲੱਗਦੀਆਂ ਹੈਗੀਆਂ ਆ, ਤੇ ਪੇਰੈਂਟਿੰਗ ਵਰਕਸ਼ਾਪ ਲੱਗਦੀ ਹੈਗੀ ਆ, ਜਿੱਦਾਂ ਭਾਈ ਸਤਪਾਲ ਨੇ ਕਿਹਾ ਹੈਗਾ ਆ ਕਿ ਕੰਪਿਊਟਰ ਦੀਆਂ ਕਲਾਸਾਂ ਲੱਗਦੀਆਂ ਹੈਗੀਆਂ, ਇੰਗਲਿਸ਼ ਐਜ਼ ਸੈਕਿੰਡ ਲੈਂਗੁਏਜ ਉਹਦੀਆਂ ਕਲਾਸਾਂ ਲੱਗਦੀਆਂ ਅਡਲਟ ਵਾਸਤੇ, ਤੇ ਆਪਣੇ ਜਿਹੜੇ ਅਡਲਟ ਹੈਗੇ ਉਹਨਾਂ ਵਾਸਤੇ ਕੰਪਿਊਟਰ ਦੀਆਂ ਕਲਾਸਾਂ ਲੱਗਦੀਆਂ ਹੈਗੀਆਂ। ਤੇ ਹਰ ਪੱਖੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਕਿ ਜਿਹੜਾ ਟਾਈਮ ਹੈਗਾ ਆ ਬੱਚਿਆਂ ਨੂੰ, ਹੋ ਸਕੇ ਕਿ ਜਦੋਂ ਵਾਜੀ ਕਿਰਪਾ ਕਰਨ ਜਿੱਦਾਂ ਐਕਸਟੈਂਸ਼ਨ ਹੋਵੇ ਤੇ ਜਿਹੜਾ ਸਕੂਲ ਹੈਗਾ ਆ 7 ਦਿਨ ਹੀ ਖੁੱਲੇ ਤੇ ਹਰ ਤਰ੍ਹਾਂ ਦੀਆਂ ਕਲਾਸਾਂ ਚੱਲਣ। ਇਸ ਵੇਲੇ ਕਿੰਨੇ ਕੁ ਬੱਚੇ ਤਕਰੀਬਨ ਵੀਕਐਂਡ ਦੇ ਵਿੱਚ ਆ ਰਹੇ ਨੇ ਜੀ? ਇਹਦੇ ਵਿੱਚ ਸਾਡੇ ਬੱਚੇ ਤਕਰੀਬਨ 320 ਦੇ ਲਾਗੇ ਬੱਚੇ ਹੈਗੇ ਆ। ਵਾਓ, ਤੇ ਜਿਹੜੇ ਅਲੱਗ ਅਲੱਗ ਮਤਲਬ ਮੋਸਟਲੀ ਸਾਰੇ ਬੱਚੇ ਹਰ ਇੱਕ ਕਲਾਸ ਚ ਪਾਰਟੀਸਪੇਟ ਕਰਦੇ ਹੈਗੇ ਆ ਮੋਸਟਲੀ, ਮਤਲਬ ਸਾਡੀ ਇੰਟੈਂਸ਼ਨ ਇਹ ਹੈਗੀ ਆ ਕਿ ਵੱਧ ਚੜ ਕੇ ਬੱਚੇ ਹਿੱਸਾ ਲੈਣ। ਕੀਰਤਨ ਦੀਆਂ ਕਲਾਸਾਂ ਲੱਗਦੀਆਂ ਹੈਗੀਆਂ, ਬੱਚਿਆਂ ਦੀ ਕੀਰਤਨ ਕਲਾਸ ਲੱਗਦੀ ਹੈਗੀ ਆ, ਉਸ ਤੋਂ ਬਾਅਦ ਗੁਰਮਤਿ ਦੀ ਕਲਾਸ ਲੱਗਦੀ ਹੈਗੀ ਆ, ਗੁਰਮੁਖੀ ਕਲਾਸ ਲੱਗਦੀ ਹੈਗੀ ਆ, ਤੇ ਬੱਚਿਆਂ ਨੂੰ ਸਾਡੀ ਇੰਟੈਂਸ਼ਨ ਇਹ ਵੀ ਹੈ ਕਿ ਬੱਚੇ ਗਾਂਹ ਜਾ ਕੇ ਵਧੀਆ ਵਧੀਆ ਸਪੀਕਰ ਬਣ, ਤਾਂ ਕਿ ਗਾਂਹ ਜਾ ਕੇ ਪਾਰਟੀਸਪੇਟ ਕਰ ਸਕਣ ਤੇ ਹਰ ਤੋਂ ਵੱਧ ਚੜ ਕੇ ਹਿੱਸਾ ਲੈਣ। ਸੋ ਬੱਚੇ ਜਿੱਥੇ ਗੁਰਮਤ ਦੀ ਟ੍ਰੇਨਿੰਗ ਲੈ ਰਹੇ ਨੇ, ਜਿਵੇਂ ਪੁਰੇਵਾਲ ਸਾਹਿਬ ਕਹਿ ਰਹੇ ਨੇ ਕਿ ਹੋਰ ਵੀ ਉਹਦੇ ਨਾਲ ਐਕਟੀਵਿਟੀ ਰੋਬੋਟ ਵਗੈਰਾ ਹੋਰ ਇੰਟਰਸਟਿੰਗ ਬਣਾਉਣ ਦੇ ਲਈ ਉੱਥੇ ਬੜੇ ਵਧੀਆ ਉਪਰਾਲੇ ਕੀਤੇ ਗਏ ਨੇ, ਤਕਰੀਬਨ ਜ਼ਿਆਦਾਤਰ ਤੁਹਾਡੇ ਵਰਗੇ ਸਾਰੇ ਸੱਜਣ ਵਲੰਟੀਅਰ ਜ਼ਿਆਦਾ ਕੰਮ ਕਰ ਰਹੇ ਨੇ ਜੀ ਇਹਦੇ ਵਿੱਚ? ਹਾਂਜੀ ਭਾਈ ਸਾਹਿਬ, ਜਿੰਨੇ ਵੀ ਪਾਰਟੀਸਪੇਸ਼ਨ ਹੈਗੇ ਆ ਉਹ ਮੋਸਟਲੀ ਵਲੰਟੀਅਰ ਬੇਸ ਤੇ ਹੈਗੀ ਆ, ਜਿਹੜੇ ਪੇਰੈਂਟਸ ਹੈਗੇ ਆ ਉਹ ਟੀਚਰ ਵੀ ਹੈਗੇ ਆ, ਤੇ ਜਿਹੜੇ ਵਲੰਟੀਅਰ ਜਿਹੜੇ ਐਡਮਿਨ ਦੇ ਕੰਮ ਕਰਦੇ ਹੈਗੇ, ਜਿਹੜੇ ਐਡਮਿਨਿਸਟਰ ਕੰਮ, ਉਹ ਵੀ ਸਾਰੇ ਵਲੰਟੀਅਰ ਹੈਗੇ ਆ, ਤੇ ਕੰਮ ਹੈਗਾ ਸਾਡੇ ਸਾਰਿਆਂ ਸਾਂਝਾ ਕਾਰਜ ਸ਼ੁਰੂ ਕੀਤਾ ਹੈਗਾ ਆ, ਤੇ ਕਿਰਪਾ ਵਾਹਿਗੁਰੂ ਦੀ ਹੈਗੀ, ਕਿਰਪਾ ਸੰਗਤ ਦੀ ਹੈਗੀ ਆ, ਤੇ ਸਾਰੇ ਜਣੇ ਇੱਕ ਮਿਕ ਹੋ ਕੇ ਕੰਮ ਕਰ ਰਹੇ ਹੈਗੇ ਆ, ਤਾਂ ਕਿ ਬੱਚਿਆਂ ਨੂੰ ਗਾਂ ਵਧੀਆ ਤੇ ਵਧੀਆ ਐਜੂਕੇਸ਼ਨ ਦੇ ਸਕੇ। ਇਸ ਪਾਸੋਂ ਇਹਦੇ ਵਿੱਚ ਥੋੜੀ ਜਿਹਾ ਦੱਸੋਗੇ ਕਿ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਕਿਉਂਕਿ ਆਮ ਕਰਕੇ ਸਭ ਤੋਂ ਵੱਡੀ ਲੜਾਈ ਡਾਕਟਰ ਸਾਹਿਬ ਇਹ ਹੁੰਦੀ ਹੈ ਜਦੋਂ ਕੋਈ ਇਹੋ ਜਿਹੀ ਸੰਸਥਾ ਬਣਦੀ ਹੈ ਨਾ, ਤੇ ਮੇਰੇ ਵਰਗੇ ਪ੍ਰਧਾਨ ਤੇ ਸੈਕਟਰੀ ਬਣਨ ਲਈ ਬਸ ਦਿਨ ਰਾਤ ਇੱਕ ਕਰ ਦਿੰਦੇ ਆ ਵੀ ਕਿਸੇ ਤਰੀਕੇ ਨਾਲ ਮੇਰਾ ਨਾਮ ਆਵੇ ਕਿ ਮੈਂ ਪ੍ਰਧਾਨ ਆ ਤੇ ਮੈਂ ਸੈਕਟਰੀ ਆ, ਮੈਂ ਫਲਾਣਾ ਵਾ, ਚੇਅਰਮੈਨ ਆ, ਜਨਰਲ ਸਕੱਤਰ ਆ, ਇਹੋ ਜੀ ਕੋਈ ਪ੍ਰੋਬਲਮ ਤੁਹਾਡੀ ਸੰਸਥਾ ਦੇ ਵਿੱਚ ਅਜੇ ਤੱਕ ਆਈ ਹੈ ਕਿ ਨਹੀਂ ਜੀ? ਨਹੀਂ ਜੀ ਭਾਈ ਸਾਹਿਬ, ਇਹੋ ਜੀ ਐਕਚੁਲੀ ਇਹ ਸਾਨੂੰ ਪ੍ਰੋਬਲਮ ਕਦੀ ਆਈ ਨਹੀਂ ਹੈਗੀ। ਜਦੋਂ ਸਕੂਲ ਸ਼ੁਰੂ ਕੀਤਾ ਹੈਗਾ 2006 ਦੀ ਜਦੋਂ ਵਾਹਿਗੁਰੂ ਕਿਰਪਾ ਨਾਲ ਨੀਂਹ ਰੱਖੀ ਗਈ ਹੈਗੀ ਹੈ, ਉਦੋਂ ਬਾਅਦ ਸਾਨੂੰ ਜਿਹੜਾ ਵੀ ਕੰਮ ਕੀਤਾ ਹੈਗਾ ਅਸੀਂ ਇਕੱਠਾ ਬਹਿ ਕੇ ਸਲਾਹ ਕਰਕੇ, ਇੱਕ ਦੂਜੀ ਸਲਾਹ ਕਰਕੇ, ਸਾਰਿਆਂ ਨੇ ਸਲਾਹ ਕਰਕੇ, ਸੰਗਤ ਨਾਲ ਸਲਾਹ ਕਰਕੇ ਕੋਈ ਵੀ ਕੰਮ ਕਰਨਾ, ਕੋਈ ਵੀ ਕਾਰਜ ਕਰਨਾ ਹੋਵੇ ਉਹ ਸਾਰੀ ਸਲਾਹ ਨਾਲ ਕੀਤਾ ਹੈਗਾ ਆ, ਸਾਰਿਆਂ ਨੇ ਬਰਾਬਰ ਦਾ ਹਿੱਸਾ ਪਾਇਆ ਹੈਗਾ ਆ, ਤੇ ਵਿੱਚ ਕੋਈ ਤੇਰ ਬੇਰ ਨਹੀਂ ਹੈਗੀ। ਹਾਂਜੀ, ਇਹੋ ਜਿਹੀ ਪ੍ਰੋਬਲਮ ਨਹੀਂ ਆਈ ਸਕੂਲ ਦੀ ਕਿਰਪਾ ਨਾਲ ਸਾਨੂੰ। ਮੈਂ ਡਾਕਟਰ ਸਾਹਿਬ ਇਸ ਕਰਕੇ ਪੁੱਛਿਆ ਕਿਉਂਕਿ ਸਦੋਂ ਸਾਡੀਆਂ ਜਦੋਂ ਇਹੋ ਜਿਹੀਆਂ ਸੰਸਥਾਵਾਂ ਬਣਦੀਆਂ ਨਾ, ਸਾਡੇ ਆਹ ਬਾਕੀ ਮੈਂ ਕਿਸੇ ਪਾਸੇ ਦੀ ਗੱਲ ਨਹੀਂ ਕਰਦਾ, ਕੱਲੇ ਐਵਸਪੋਰਟ ਦੀ ਗੱਲ ਕਰ ਲਵਾਂ, ਕੱਲੇ ਐਵਸਪੋਰਟ ਦੀ, ਹਾਂਜੀ, ਬਾਕੀ ਮੈਂ ਬਾਅਦ ਜਾਊਂਗਾ। ਮੇਰਾ ਖਿਆਲ ਹੈ ਐਸੇ ਵਰੇ ਦੇ ਵਿੱਚ ਜ਼ਿਆਦਾ ਨਹੀਂ ਤਾਂ ਮਿਲੀਅਨ ਡਾਲਰ ਇੱਕ ਵਰੇ ਦਾ ਕੱਲੇ ਐਵਸਪੋਰਟ ਵਕੀਲਾਂ ਕੋਲ ਤੇ ਅਦਾਲਤਾਂ ਚ ਜਾ ਚੁੱਕਾ ਹੈ। ਕਹਿੰਦੇ ਚੌਧਰੀ ਮੈਂ ਬਣਨਾ, ਤੁਹਾਡੀ ਕਿਵੇਂ ਹਿੰਮਤ ਬਣ ਗਈ? ਮੇਰੇ ਨਾਮ ਦੇ ਅੱਗੇ ਚੌਧਰੀ ਲਿਖਿਆ ਹੋਇਆ, ਸੋ ਇਸ ਕਰਕੇ ਚੌਧਰ ਵਾਲੀ ਮੈਂ ਇਸ ਕਰਕੇ ਤੁਹਾਨੂੰ ਪੁੱਛਿਆ ਕਿ ਚੌਧਰ ਵਾਲੀ ਕੋਈ ਇਹੋ ਜਿਹੀ ਗੱਲਬਾਤ ਤਾਂ ਨਹੀਂ? ਨਹੀਂ ਭਾਈ ਸਾਹਿਬ, ਚੌਧਰ ਦੀ ਗੱਲ ਨਹੀਂ ਹੈਗੀ, ਕਿਉਂਕਿ ਜਿਹੜੀ ਸਾਡੀ ਜਿਹੜੀ ਸੰਸਥਾ ਹੈਗੀ ਇਹ ਵਾਲੀ, ਇਹ ਚ ਮੈਂ ਇਹ ਨਹੀਂ ਕਹਿ ਸਕਦਾ ਕਿ ਸਾਰੇ ਪੜ੍ਹੇ ਲਿਖੇ ਹੈਗੇ ਆ, ਪਰ ਕਿਰਪਾ ਹੈਗੀ ਆ ਕਿ ਸਾਰਿਆਂ ਦਾ ਜਿਹੜਾ ਮਕਸਦ ਹੈਗਾ ਇੱਕ ਹੈਗਾ, ਤੇ ਜਿਹੜੀ ਤੁਹਾਡੀ ਜਿੱਦਾਂ ਕਹਿੰਦੇ ਵੀ ਐਜੂਕੇਸ਼ਨ ਬਹੁਤ ਜ਼ਰੂਰੀ ਹੈਗੀ ਹੈ। ਬੰਦਾ ਜਦੋਂ ਪੜ੍ਹਦਾ ਲਿਖਦਾ ਹੈਗਾ ਆ, ਉਹ ਗੁਰੂ ਦੀ ਕਿਰਪਾ ਵੀ ਹੁੰਦੀ ਹੈਗੀ ਆ, ਤੇ ਉਹ ਜੇ ਬੰਦਾ ਸੋਚ ਕੇ ਚੱਲਦਾ ਹੈਗਾ ਵੀ ਸਾਡੀ ਵਿਜ਼ਨ ਕੀ ਹੈਗੀ ਹੈ, ਅਸੀਂ ਕਿੱਧਰ ਨੂੰ ਜਾਣਾ ਹੈਗਾ ਆ, ਅਸੀਂ ਸਾਰਿਆਂ ਨੇ ਇਕੱਠੇ ਕੰਮ ਕਰਨਾ ਹੈਗਾ ਆ, ਉਹ ਚ ਫਿਰ ਬੰਦਾ ਮਤਲਬ ਚੌਧਰ ਹੀ ਹੋਣੀ ਚਾਹੀਦੀ, ਉਹ ਸਾਰਾ
ਇੱਕ ਮਿਲ ਕੇ ਕੰਮ ਕਰਨਾ ਚਾਹੀਦਾ ਹੈਗਾ, ਕਦੇ ਹੀ ਕੰਮ ਸਿਰੇ ਚੜਦਾ ਹੈਗਾ। ਹਾਂਜੀ, ਤੇ ਇਸ ਪੱਖੋਂ ਸਾਨੂੰ ਕਿਰਪਾ ਹੈਗੀ ਵਾਹਿਗੁਰੂ ਦੀ ਕਿ ਜਿੰਨੇ ਵੀ ਪਾਰਟੀਸਪੈਂਟ ਹੈਗੇ ਆ, ਜਿੰਨੇ ਵੀ ਕੰਮ ਕਰਦੇ ਹੈਗੇ ਆ ਸਾਡੇ ਸਕੂਲ ਦੇ ਵਿੱਚ, ਬੱਚੇ ਹੋਏ, ਯੂਥ ਹੋਏ ਜਾਂ ਅਡਲਟ ਜਿਹੜੇ ਕੰਮ ਕਰਦੇ ਹੈਗੇ, ਟੀਚਰ ਹੈਗੇ ਆ, ਚੀਫ ਸਟਾਫ ਹੈਗਾ ਆ, ਸਾਰੇ ਮਿਲ ਕੇ ਕੰਮ ਕਰਦੇ, ਕਿਤੇ ਸਲਾਹ ਨਾਲ ਕੰਮ ਕਰਦੇ ਹੈਗੇ ਆ। ਇਹ ਨੀ ਬਈ ਕਿਸੇ ਨੂੰ ਜ਼ਿਆਦਾ ਚੁੱਧ ਦੀ ਜ਼ਰੂਰਤ ਹੈਗੀ, ਏਦਾਂ ਦਾ ਕੋਈ ਨੀ। ਸਾਡਾ ਕਿਉਂਕਿ ਸਾਡਾ ਮਕਸਦ ਹੈਗਾ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਗਾਂ ਜਾਣ, ਅੱਗੇ ਜਾ ਕੇ ਵਧਣ ਫੁੱਲਣ। ਹਾਂਜੀ, ਸਾਡਾ ਮਕਸਦ ਇਹੀ ਹੈਗਾ ਆ। ਇਹਦੇ ਵਿੱਚ ਡਾਕਟਰ ਸਾਹਿਬ, ਜੇ ਕਿਸੇ ਨੇ ਸੰਪਰਕ ਕਰਨਾ ਹੋਇਆ ਤੁਹਾਡੇ ਨਾਲ ਜਾਂ ਸੰਸਥਾ ਦੇ ਵਿੱਚ, ਕਿਹਦੇ ਨਾਲ ਸੰਪਰਕ ਕਰਨ, ਜਿਹੜੇ ਚਾਹੁੰਦੇ ਨੇ ਕਿ ਇਹੋ ਜਿਹੇ ਗੁੱਡ ਕਾਜ਼ ਦੇ ਲਈ ਅਸੀਂ ਨਾਲ ਤੁਹਾਡੇ ਖੜੇ ਆ, ਕਿਹਦੇ ਨਾਲ ਸੰਪਰਕ ਕਰਨਗੇ? ਹਾਂਜੀ, ਅਜੇ ਜਿੱਦਾਂ ਕਿ ਸਾਡੀ ਵੈਬਸਾਈਟ ਹੈਗੀ ਆ, ਵੈਬਸਾਈਟ ਦਾ ਨਾਂ ਹੈਗਾ ਆ www.khalsagurmukhschool.org। ਹਾਂਜੀ, ਤੇ ਸਾਡੇ ਸਕੂਲ ਦਾ ਫੋਨ ਨੰਬਰ ਵੀ ਹੈਗਾ ਆ, ਮੈਂ ਸੰਗਤ ਨਾਲ ਸਾਂਝਾ ਕਰ ਸਕਦਾ ਹੈਗਾ ਆ। ਨੰਬਰ ਹੈਗਾ ਆ 4254292226। ਹਾਂਜੀ, ਇਹ ਤੁਸੀਂ ਸੰਪਰਕ ਕਰ ਸਕਦੇ ਹੈਗੇ ਆ। ਜੇ ਸਾਧ ਸੰਗਤ ਨੇ ਕਿਸੇ ਨੇ ਵੀ ਕੋਈ ਕੁਐਸਚਨ ਹੈਗਾ ਕਿਸੇ ਚੀਜ਼ ਬਾਰੇ, ਉਹਦੇ ਬਾਰੇ ਸਾਨੂੰ ਫੋਨ ਕਰ ਸਕਦਾ ਹੈਗਾ ਆ। ਤੇ ਇਹ ਸਕੂਲ ਹੈ ਕਿੱਥੇ ਜੀ, ਥੋੜੀ ਜਿਹੀ ਲੋਕੇਸ਼ਨ ਬਾਰੇ ਦੱਸ ਦਿਓ ਜੀ। ਸਾਡਾ ਲੋਕੇਸ਼ਨ ਹੈਗੀ ਇਸ ਟਾਈਮ ਰੈਂਟਨ ਚ ਹੈਗੀ, ਜਿੱਥੇ ਪ੍ਰੈਜੈਂਟਲੀ ਕੰਮ ਕਰਦੇ ਹੈਗੇ ਆ। ਤੇ ਜਿਹੜੀ ਸਾਡੀ ਟ੍ਰਾਂਜੀਸ਼ਨਲ ਲੋਕੇਸ਼ਨ ਜਿਹੜੀ ਬਣ ਰਹੀ ਹੈਗੀ, ਜਿਹਦੇ ਵਾਸਤੇ ਅਸੀਂ ਆਪਣੀ ਕੰਪੇਨ ਸ਼ੁਰੂ ਕੀਤੀ ਹੈਗੀ ਫੰਡ ਰੇਜ਼ਿੰਗ ਦੀ, ਉਹ ਲੋਕੇਸ਼ਨ ਹੈਗੀ ਆ ਜੀ ਖਾਲਸਾ ਗੁਰਮੁਖ ਸਕੂਲ ਇਨ ਫੈਡਰਲ ਵੇ। ਉਹ ਐਕਚੁਲੀ ਜਿਹੜਾ ਹਾਈਵੇ 5 ਹੈਗਾ ਆ, ਉਹਦੀ ਜਿਹੜੀ ਇੰਟਰਸੈਕਸ਼ਨ ਬਣਦੀ ਹੈ ਐਗਜ਼ਿਟ 18 ਦੀ, ਉਹਦੇ ਲਾਗੇ ਹੈਗੀ ਆ। ਤੇ ਉਹਦੀ ਪ੍ਰਾਪਰਟੀ ਜਿਹੜੀ ਹੈਗੀ ਆ, ਉਹਦਾ ਏਰੀਆ ਤਕਰੀਬਨ 4 acres ਦੇ ਬਰਾਬਰ ਹੈਗਾ ਆ। 4 acres ਕਹਿ ਲਓ ਜਾਂ 10,700 square feet ਜਿਹੜਾ ਬਿਲਟ ਏਰੀਆ ਹੈਗਾ ਆ। ਹਾਂਜੀ, ਤੇ ਸਾਡੀ ਕੋਸ਼ਿਸ਼ ਹੈਗੀ ਆ ਕਿ ਇਹ ਜਿਹੜੀ ਜਗ੍ਹਾ ਹੈਗੀ ਆ, ਇਹਦੀ ਕੀਮਤ ਲਗਭਗ ਮੇਰਾ ਖਿਆਲ 2 million ਦੇ ਲਾਗੇ ਹੈਗੀ ਆ ਅਪਰੋਕਸੀਮੇਟਲੀ। ਤੇ ਸਾਡੀ ਕੋਸ਼ਿਸ਼ ਹੈਗੀ ਕਿ ਅਸੀਂ ਸੰਗਤ ਨੂੰ ਰਿਕੁਐਸਟ ਕਰਦੇ ਹੈਗੇ ਆ ਕਿ ਸਾਡਾ ਇਸ ਮਕਸਦ ਸਾਡਾ ਹਿੱਸਾ ਸਾਨੂੰ ਸਾਥ ਦੇਣ, ਤਾਂ ਕਿ ਜਿਹੜੀ 2 million ਦੇ ਜਿਹੜੀ ਇਹਦਾ ਕੋਸਟ ਹੈਗੀ ਆ ਉਹ ਸਾਡੀ ਹੈਲਪ ਹੋਵੇ। ਤੇ ਸੋ ਫਾਰ ਮੇਰਾ ਖਿਆਲ ਹੈ ਕਿ ਸੋ ਫਾਰ ਅਸੀਂ 2 lakh ਤੋਂ ਉੱਤੇ ਸੰਗਤਾਂ ਨੇ ਡੋਨੇਸ਼ਨ ਕੀਤੀ ਹੈਗੀ ਆ, ਵਾਧੇ ਹਿੱਸਾ ਲਿਆ ਹੈਗਾ ਆ। ਪਰ ਸਾਡਾ ਮਕਸਦ ਹੈ ਕਿ ਜਿਹੜੀ ਡੋਨੇਸ਼ਨ ਟੋਟਲ ਹੈਗੀ ਆ ਉਹ ਸਾਨੂੰ ਚਾਹੀਦੀ ਹੈਗੀ January 15, 2018 ਤੱਕ, ਤਾਂ ਕਿ ਜਿਹੜੀ ਡੀਲ ਹੈਗੀ ਕਲੋਜ਼ ਕਰ ਸਕੀਏ ਤੇ ਜਿਹੜਾ ਆਪਣਾ ਮਕਸਦ ਹੈਗਾ, ਜਿਹੜਾ ਕਾਰਜ ਹੈਗਾ ਉਹਨੂੰ ਆਪਾਂ ਸਿਰੇ ਚਾੜ ਸਕੀਏ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਅੱਜ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਵਿਸ਼ੇਸ਼ ਗੱਲਬਾਤ ਕੀਤੀ ਹੈ, ਕਿਉਂਕਿ ਸਿਆਟਲ ਏਰੀਆ ਦੇ ਵਿੱਚ ਖਾਸ ਕਰਕੇ ਲਿੰਡਨ ਇਲਾਕੇ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਾਡੇ ਸਰੋਤੇ ਨੇ ਪ੍ਰੋਗਰਾਮ ਸੁਣਦੇ ਨੇ, ਔਰ ਉਹ ਤੁਹਾਡੇ ਨਾਲ ਹਮੇਸ਼ਾ ਇਸ ਤਰ੍ਹਾਂ ਰਹਿੰਦੇ ਨੇ, ਔਰ ਉਮੀਦ ਹੈ ਕਿ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਇੱਕ ਕੌਮੀ ਕਾਰਜ ਹੈ ਇਹਨੂੰ ਸਿਰੇ ਚੜਾਉਣ ਦੇ ਵਿੱਚ ਸਾਰੇ ਤੁਹਾਡਾ ਸਹਿਯੋਗ ਦੇਣਗੇ, ਔਰ ਪ੍ਰੋਗਰਾਮ ਦਿਲਾਂ ਦੀ ਸਾਂਝ ਵਿੱਚ ਆ ਕੇ ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਤੇ ਸਾਧ ਸੰਗਤ ਸਾਡਾ ਸਾਥ ਦੇਵੇ, ਤਾਂ ਕਿ ਜਿਹੜਾ ਕਾਰਜ ਅਸੀਂ ਰੰਭਿਆ ਹੈਗਾ ਆ ਇਸ ਨੂੰ ਪੂਰਾ ਕਰ ਸਕੀਏ। ਐਂਡ ਸਾਧ ਸੰਗਤ ਰਿਕੁਐਸਟ ਹੈਗੀ ਹੈ ਕਿ ਜੇ ਕਿਸੇ ਸਾਧ ਸੰਗਤ ਨੇ ਡੋਨੇਸ਼ਨ ਦੇਣੀ ਹੈਗੀ ਹੈ ਉਹ ਵੈਬਸਾਈਟ ਤੇ ਵਿਜ਼ਿਟ ਕਰ ਸਕਦਾ ਹੈਗਾ ਆ, ਉੱਥੇ ਫਾਰਮ ਬਣਿਆ ਹੈਗਾ ਆ ਜਿੱਥੇ ਤੁਸੀਂ ਡੋਨੇਸ਼ਨ ਦੇ ਸਕਦੇ ਹੈਗੇ ਆ। ਤੇ ਜੇ ਕੋਈ ਕੁਐਸਚਨ ਹੋਇਆ ਕਿਸੇ ਨੂੰ ਕਿਸੇ ਤਰੀਕੇ ਦਾ, ਸਾਨੂੰ ਕਾਲ ਕਰ ਸਕਦਾ ਹੈਗਾ, ਸਾਨੂੰ ਵੈਬਸਾਈਟ ਤੇ ਮੈਸੇਜ ਭੇਜ ਸਕਦਾ ਹੈਗਾ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ, ਬਹੁਤ ਬਹੁਤ। ਡਾਕਟਰ ਸਾਹਿਬ, ਇੱਕ ਵਾਰੀ ਤੁਹਾਡਾ ਨੰਬਰ ਜ਼ਰੂਰ ਆਪਣਾ ਦੇ ਦਿਓ ਤਾਂ ਜੋ ਸਾਰੇ ਸਰੋਤਿਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਜੀ। ਮੇਰਾ ਆਪਣਾ ਨੰਬਰ ਜਿਹੜਾ ਸਾਡਾ ਸਕੂਲ ਦਾ ਨੰਬਰ ਹੈਗਾ ਆ ਉਹ 4254292226, ਸਕੂਲ ਦਾ ਨੰਬਰ ਇਹ ਹੈਗਾ ਜੀ। ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ, ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਜੀ। ਸ਼ੋਭੀ ਸ਼ਮਾ। ਸੱਚ ਹੱਕ ਤੇ ਇਨਸਾਫ਼ ਦੀ ਆਵਾਜ਼, ਨੰਬਰ 1 ਸਾਊਥ ਏਸ਼ੀਅਨ ਨਿਊਜ਼ ਟਾਕ ਰੇਡੀਓ KRPI 1550 AM ਬੈਂਡ ਦੇ ਉੱਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਸੁਣਦੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਜੀ। ਮੈਂ ਅਸਲ ਚ ਗੱਲਬਾਤ ਕਰਨੀ ਚਾਹੁੰਦਾ ਸਾਂ ਅੱਜ ਕਿ ਕਈ ਦਿਨ ਹੋ ਗਏ ਆਪਾਂ ਸਰਸੇ ਨਹੀਂ ਗਏ, ਤੇ ਕੱਲ ਦੀ ਖਬਰ ਜਿਹੜੀ ਸਭ ਤੋਂ ਵੱਡੀ BBC ਦੇ ਹੁਣ ਬਾਅਦ ਦੇ ਵਿੱਚ, ਨਾ ਕਿ ਉਹ ਵੀ ਕਿੱਥੋਂ ਪੜ੍ਹੀ ਆ ਕਿੱਥੋਂ ਕੀਤੀ ਆ, BBC ਨੇ ਵੱਡੇ ਤਾਦਾਦ ਦੇ ਵਿੱਚ ਇਹਦਾ ਖੁਲਾਸਾ ਕੀਤਾ
ਉਹ ਕਹਿੰਦੇ ਨੇ ਕਿ ਹਨੀਪ੍ਰੀਤ ਨੇ ਇਹ ਗੱਲ ਹੁਣ ਮੰਨ ਲਈ ਹੈ ਕਿਉਂਕਿ ਕਿੰਨਾ ਚਿਰ ਬਾਪੂ ਦੇ ਸਿਰ ਤੇ ਰਹੂਗੀ। ਹਨੀਪ੍ਰੀਤ ਨੇ ਇਹ ਗੱਲ ਮੰਨ ਲਈ ਹੈ ਕਿ ਮੇਰੀ ਪਿਤਾ ਜੀ ਨੂੰ ਭਜਾਉਣ ਦੀ ਪਲੈਨਿੰਗ ਸੀ ਇਹ ਗੱਲ, ਕਿਉਂਕਿ ਪੁਲਿਸ ਕਸਟਡੀ ਦੇ ਵਿੱਚ ਹੈ ਪਿਤਾ ਜੀ ਤੇ ਬੀਬੀ ਹਨੀਪ੍ਰੀਤ ਕੌਰ ਇਨਸਾਨ। ਉਹਨੇ ਗੱਲ ਮੰਨੀ ਹੈ ਕਿ ਕੋਰਟ ਦੇ ਵਿੱਚ ਬਾਬੇ ਨੂੰ ਭਜਾਉਣ ਦੀ ਯੋਜਨਾ ਸੀ ਤੇ ਉਹਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਬੂਲ ਕਰ ਲਈ ਹੈ, ਕਿਉਂਕਿ ਜਿਹੜੀ ਇੱਕ ਚਾਰਜਸ਼ੀਟ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਉਸ ਚਾਰਜਸ਼ੀਟ ਦੇ ਵਿੱਚ ਹਨੀਪ੍ਰੀਤ ਦਾ ਇਸ ਯੋਜਨਾ ਦਾ ਬਕਾਇਦਾ ਜ਼ਿਕਰ ਕੀਤਾ ਗਿਆ ਤੇ ਹੁਣ ਜਦੋਂ ਕੋਰਟ ਦੇ ਵਿੱਚ ਪੇਸ਼ ਹੋਈ ਹੈ ਬਕਾਇਦਾ ਮੂੰਹ ਟੱਕਿਆ ਹੋਇਆ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਯੋਜਨਾ ਕੀ ਸੀ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ 25 ਅਗਸਤ ਵਾਲੇ ਦਿਨ ਜਿਹੜਾ ਡੇਰੇ ਦਾ ਮੁਖੀ ਹੈ ਗੁਰਮੀਤ ਰਾਮ ਰਹੀਮ ਉਹਨੂੰ ਭਜਾਉਣ ਦੀ ਯੋਜਨਾ ਸੀ, ਕਿਉਂਕਿ ਗੁਰਮੀਤ ਰਾਮ ਰਹੀਮ ਆਪਣੇ ਚੇਲੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਤੇ ਹੁਣ ਜੇਲ੍ਹ ਦੀਆਂ ਸਲਾਖਾਂ ਚ ਬੰਦੇ ਆ ਤੇ ਨਾਲ ਇਹ ਬੀਬੀ ਵੀ ਬੰਦੇ ਆ। ਬੜੇ ਟਾਕ ਸ਼ੋ ਤੇ ਮੈਂ ਸੈਂਕੜੇ ਟਾਕ ਸ਼ੋ ਕੀਤੇ ਹੋਣੇ ਨੇ। ਹਨੀਪ੍ਰੀਤ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹਨੂੰ ਲੱਗਦਾ ਸੀ ਕਿ ਅਸੀਂ ਇਹ ਸੋਚਿਆ ਸੀ ਕਿ ਸਾਡੇ ਜਿਹੜੇ ਚੇਲੇ ਚਾਪਤੇ ਨੇ ਉਹ ਪੱਥਰ ਡੰਡੇ ਤੇ ਪੈਟਰੋਲ ਬੰਬ ਜਿਹੜੇ ਇਹਨਾਂ ਨੂੰ ਮੁਹੱਈਆ ਕਰਵਾਏ ਗਏ ਸੀ ਉਹਦੇ ਨਾਲ ਇਹ ਹੰਗਾਮਾ ਕਰਨਗੇ ਤੇ ਇਸ ਤੋਂ ਬਾਅਦ ਪੁਲਿਸ ਦਾ ਜਿਹੜਾ ਧਿਆਨ ਹੈ ਉੱਧਰ ਲੱਗ ਜਾਏਗਾ। ਇਹਦੇ ਵਿੱਚ ਕਹਿੰਦੀ ਵੀ ਅਸੀਂ ਪਿਤਾ ਜੀ ਨੂੰ ਉਹਨਾਂ ਦੀ ਕਸਟਡੀ ਚੋਂ ਭਜਾ ਲੈ ਜਾਣਾ ਸੀ, ਇੰਨੀ ਪਲਾਨਿੰਗ ਕੀਤੀ ਹੋਈ ਸੀ। ਵਾਓ! ਤੇ ਵਿਸ਼ੇਸ਼ ਵਿਅਕਤੀਆਂ ਨੂੰ ਇਹ ਕਾਰਜ ਦਿੱਤੇ ਹੋਏ ਸੀ। ਇਹਦੇ ਵਿੱਚ ਹਨੀਪ੍ਰੀਤ ਨੇ ਇਹ ਗੱਲ ਕਹੀ ਹੈ ਕਿ ਉਹਦਾ ਪਲਾਨ ਅਸਲ ਦੇ ਵਿੱਚ ਉਸ ਵਕਤ ਗਲਤ ਦਿਸ਼ਾ ਵੱਲ ਨੂੰ ਜਾਣ ਲੱਗਾ ਜਦੋਂ ਹਾਈ ਕੋਰਟ ਨੇ ਜਿਹੜੀ ਭੀੜ ਸੀ ਉਹਨੂੰ ਹਟਾਉਣ ਦਾ ਨਾਲ ਦੀ ਨਾਲ ਆਦੇਸ਼ ਦੇ ਦਿੱਤਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਆਪਣੇ ਬਕਾਇਦਾ ਉਹਨਾਂ ਬਿਆਨਾਂ ਦੇ ਵਿੱਚ ਕਿ ਜਦੋਂ ਪਿਤਾ ਜੀ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਕਹਿੰਦੀ ਆਪਣੇ ਲੋਕਾਂ ਦੇ ਪਲਾਨ ਅਨੁਸਾਰ ਉਹਨਾਂ ਨੂੰ ਕੰਮ ਕਰਨ ਦਾ ਆਦੇਸ਼ ਮੈਂ ਦੇ ਦਿੱਤਾ ਸੀ, ਪਰ ਮੁਸ਼ਕਲ ਇਹ ਹੋਈ ਕਿ ਜਦੋਂ ਹੀ ਉਹਨੂੰ ਦੋਸ਼ੀ ਠਹਿਰਾਇਆ ਨਾਲ ਦੀ ਨਾਲ ਹੈਲੀਕਾਪਟਰ ਬਾਹਰ ਖੜਾ ਸੀ ਤੇ ਹੈਲੀਕਾਪਟਰ 'ਚ ਬਿਠਾ ਕੇ ਸਾਨੂੰ ਚੁੱਕ ਕੇ ਲੈ ਗਏ। ਇਸ ਕਰਕੇ ਜਿਸ ਦਿਨ ਉਹਨੂੰ ਦੋਸ਼ੀ ਠਹਿਰਾਇਆ ਗਿਆ ਗੁਰਮੀਤ ਰਾਮ ਰਹੀਮ ਨੂੰ, ਹਰਿਆਣਾ ਤੇ ਪੰਚਕੂਲਾ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਤੇ ਸਰਸੇ ਦੇ ਵਿੱਚ ਬੜੀ ਜ਼ਬਰਦਸਤ ਹਿੰਸਾ ਵੱਧ ਗਈ ਸੀ ਕਿਉਂਕਿ ਜਿਹੜੇ ਚੇਲੇ ਸਨ ਕੁਦਰਤੀ ਗੱਲ ਹੈ ਕੋਈ ਕਿਸੇ ਨੂੰ ਮੰਨਦਾ ਹੈ ਤੇ ਉਹਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੇਗੀ ਜਿਹਦੇ ਕਰਕੇ ਪੰਚਕੂਲਾ ਦੇ ਵਿੱਚ 36 ਤੇ ਸਰਸੇ ਦੇ ਵਿੱਚ 6 ਵਿਅਕਤੀ ਮਾਰੇ ਗਏ ਸੀ ਇਸ ਹਿੰਸਾ ਕਰਕੇ ਤੇ ਹਨੀਪ੍ਰੀਤ ਕਈ ਦਿਨਾਂ ਤੱਕ ਪੁਲਿਸ ਦੀ ਪਹੁੰਚ ਤੋਂ ਦੂਰ ਰਹੀ ਤੇ 3 ਅਕਤੂਬਰ ਵਾਲੇ ਦਿਨ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉੱਤੇ ਦੇਸ਼ ਧਰੋਹੀ ਦਾ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੀ ਵਿਸ਼ੇਸ਼ ਟੀਮ ਹੈ CBI ਦੀ ਅਦਾਲਤ ਨੇ 1200 ਸਫ਼ਿਆਂ ਦੀ ਚਾਰਜਸ਼ੀਟ ਹੈ ਜਿਹੜੀ ਦਾਇਰ ਕੀਤੀ ਹੈ, ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ ਤੇ ਉਹਦੇ ਵਿੱਚ ਰਾਮ ਰਹੀਮ ਦੇ ਉੱਤੇ ਰੇਪ ਲਾਉਣ ਦੇ ਜਿਹੜੇ ਦੋਸ਼ ਨੇ ਉਹਦੇ ਵਿੱਚ ਉਹਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਇਹਨੂੰ ਨਾਲ ਲਾਇਆ ਗਿਆ। ਸੋ ਇਹਦੇ ਵਿੱਚ ਤੁਹਾਨੂੰ ਹੁਣ ਕਿਵੇਂ ਲੱਗਦਾ ਹੈ? ਦੂਜੇ ਪਾਸੇ ਜਿਹੜਾ ਹੁਣੇ ਮੈਨੂੰ ਖਬਰ ਮਿਲੀ ਹੈ ਨਾਲ ਦੀ ਨਾਲ
ਕਿ ਗੁਰਮੀਤ ਰਾਮ ਰਹੀਮ ਦੀ ਜਿਹੜੀ SIT ਹੈ ਉਹ ਜੇਲ੍ਹ ਦੇ ਵਿੱਚ ਹੀ ਪੁੱਛ ਪੜਤਾਲ ਕਰ ਰਹੀ ਹੈ ਔਰ ਇਹ ਗੱਲ ਮੰਨਣੀ ਪਊਗੀ ਕਿ ਹਰਿਆਣਾ ਸਰਕਾਰ ਨੇ ਗੁਰਮੀਤ ਰਾਮ ਰਹੀਮ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਸਿਕਿਉਰਿਟੀ ਔਰ ਮਾਫੀ ਦੇ ਰੱਖੀ ਸੀ ਯਾਨੀ ਕਿ ਜੋ ਉਹ ਚਾਹੁੰਦਾ ਸੀ ਉਹ ਕਰ ਸਕਦਾ ਸੀ ਕਿਉਂਕਿ ਸਰਕਾਰੀ ਮਨਿਸਟਰ ਸਨ ਜਿਹੜੇ ਉਹ ਬਕਾਇਦਾ ਉਹਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਦੇ ਸਨ ਇਸ ਕਰਕੇ ਇਹ ਜਿਹੜੀ SIT ਹੈ ਇਹ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਉਹਦੀ ਪੁੱਛ ਪੜਤਾਲ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਬਾਬਾ ਕਾਫੀ ਪਰੇਸ਼ਾਨ ਹੈ ਸਰਦੀਆਂ ਦੇ ਵਿੱਚ ਵੀ ਕਹਿੰਦੇ ਪੁੱਛਗਿੱਛ ਦੇ ਦੌਰਾਨ ਉਹਦੇ ਚਿਹਰੇ ਤੇ ਪਸੀਨਾ ਆ ਰਿਹਾ ਸੀ ਤੇ ਤਕਰੀਬਨ 275 ਸਵਾਲਾਂ ਦੀ ਇੱਕ ਲੰਮੀ ਲਿਸਟ ਹੈ ਜਿਹੜੀ ਗੁਰਮੀਤ ਰਾਮ ਰਹੀਮ ਤੋਂ ਪੁੱਛੀ ਜਾਣੀ ਹੈ ਤੇ ਸਾਧਵੀਆਂ ਦਾ ਜਿਹੜਾ ਮੁਕੱਦਮਾ ਹੈ ਉਹਨਾਂ ਨਾਲ ਕੁਕਰਮ ਕਰਨ ਕਰਕੇ ਉਹਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਅਜੇ ਬੜੇ ਮੁਕੱਦਮੇ ਪੈਂਡਿੰਗ ਪਏ ਨੇ ਇਹਦੇ ਮਾਮਲੇ ਦੇ ਵਿੱਚ ਜਿਹੜੀ ਗੁਰਮੀਤ ਦੀ ਗੋਦ ਲਈ ਬੇਟੀ ਹੈ ਹਨੀਪ੍ਰੀਤ ਹਨੀਪ੍ਰੀਤ ਦੇ ਘਰ ਵਾਲੇ ਨੇ ਕਿਹਾ ਇਹਦੀ ਬੇਟੀ ਨਹੀਂ ਬਲਕਿ ਇਹਦੀ ਰਖੇਲ ਹੈ ਉਹਦੇ ਘਰ ਵਾਲੇ ਨੇ ਕਿਹਾ ਮੈਂ ਨਹੀਂ ਕਹਿੰਦਾ ਬਾਅਦ ਦੇ ਵਿੱਚ ਮੇਰੇ ਤੇ ਦੋਸ਼ ਨਾ ਲਾਇਓ ਇਹਦੀਆਂ ਯੂਟਿਊਬਸ ਬਣ ਚੁੱਕੀਆਂ ਨੇ ਦੁਨੀਆਂ ਭਰ ਦੇ ਵਿੱਚ ਨਸ਼ਰ ਹੋ ਚੁੱਕਾ ਹੈ ਇਸ ਕਰਕੇ ਜਿਹੜੇ ਡੇਰਾ ਸੱਚਾ ਸੌਦਾ ਹੈ ਉਹਦੇ ਪਵਨ ਅਹਿੰਸਾ ਸਮੇਤ ਕਈ ਜਿਹੜੇ ਡੇਰੇ ਦੇ ਸਮਰਥਕ ਨੇ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਇਹਨਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਇਸ ਸੰਬੰਧ ਦੇ ਵਿੱਚ ਹੁਣ ਹੌਲੇ ਹੌਲੇ ਗੁਰਮੀਤ ਰਾਮ ਰਹੀਮ ਤੱਕ ਉਹ ਪਹੁੰਚ ਕਰ ਰਹੇ ਨੇ ਸਿਕੰਜਾ ਹੁਣ ਕੱਸਿਆ ਜਾਣ ਲੱਗ ਪਿਆ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਤਕਰੀਬਨ 41 ਲੋਕ ਉਦੋਂ ਮਰ ਗਏ ਸੀ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਪੁੱਛਗਿੱਛ ਰੋਜ਼ਾਨਾ ਚੱਲ ਰਹੀ ਹੈ ਉਹਨੇ ਇੱਕ ਵਾਰੀ ਫੇਰ ਗੁਰਮੀਤ ਰਾਮ ਰਹੀਮ ਦੇ ਜਿਹੜੇ ਨਿਕਲ ਰਹੇ ਮੁੜਕੇ ਤੇ ਪਸੀਨੇ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਤਾਜ਼ਾ ਕਰਾ ਦਿੱਤਾ ਹੈ ਜਿਹਦੇ ਕਰਕੇ ਬੀਬਾ ਹਨੀਪ੍ਰੀਤ ਵੀ ਬੜੇ ਦੁਖੀ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਕੰਮ ਨੇੜੇ ਆ ਗਿਆ ਸੋ ਇਸ ਬਾਬਤ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਥੋੜੇ ਜਿਹੇ ਕੁਝ ਕੁ ਸਵਾਲ ਮੈਂ ਤੁਹਾਡੇ ਤੱਕ ਮੇਰੇ ਸਰੋਤਿਆਂ ਦਾ ਕਈ ਵਾਰੀ ਕਹਿੰਦੇ ਨੇ ਕਿ ਸਾਡੀ ਵਾਰੀ ਨਹੀਂ ਮਿਲਦੀ ਸੋ ਇੱਕ ਛੋਟਾ ਜਿਹਾ ਵਪਾਰਕ ਵਕਫਾ ਲੈ ਲਾਂ ਇਸ ਸੰਬੰਧ ਵਿੱਚ ਮੈਂ ਕੁਝ ਕੁ ਕਾਲਜ ਲਵਾਂਗਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬੇ ਨੂੰ ਜਿਹੜੇ ਹੋਰ ਕੇਸ ਨੇ ਬਾਬਾ ਨਹੀਂ ਹੁਣ ਤਾਂ ਬਲਾਤਕਾਰੀ ਸਿੱਧ ਹੋ ਚੁੱਕਾ ਹੈ ਗੁਰਮੀਤ ਰਾਮ ਰਹੀਮ ਇਹਨਾਂ ਦੇ ਉੱਤੇ ਹੋਰ ਸਿਕੰਜੇ ਕੱਸੇ ਜਾ ਸਕਦੇ ਨੇ ਜਾਂ ਅਜੇ ਵੀ ਜਿਹੜੀ ਹਰਿਆਣਾ ਸਰਕਾਰ ਹੈ ਉਹਨਾਂ ਦੀ ਤਰਸ ਤੇ ਰਹਿਮ ਕਿਉਂਕਿ ਗੁਰਮੀਤ ਰਾਮ ਰਹੀਮ ਦੇ ਕੋਲ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ ਜਿਹੜੇ ਵੋਟਾਂ ਮੰਗਣ ਲਈ ਕਹਿੰਦੇ ਗਏ ਸੀ ਤੇ ਜਿਹੜੇ ਪਿੱਛੇ ਸਜ਼ਾ ਲਵਾ ਕੇ ਆਏ ਨੇ ਉਹਨਾਂ ਦੇ ਵਿੱਚ ਹੀ ਸਨ ਉਹ ਕਹਿੰਦੇ ਮੈਂ ਤਾਂ ਗਿਆ ਨਹੀਂ ਅਕਾਲ ਤਖ਼ਤ ਵਾਲਿਆਂ ਨੇ ਸਜ਼ਾ ਲਾਤੀ ਹੈ ਮੇਰੇ ਲਈ ਸਿਰ ਮੱਥੇ ਦੇ ਉੱਤੇ ਹੈ ਮੈਂ ਮੰਨਣ ਨੂੰ ਪ੍ਰਵਾਨ ਆ ਮੈਨੂੰ ਇਹ ਸਾਰੀ ਸਜ਼ਾ ਪ੍ਰਵਾਨ ਹੈ ਤੇ ਹੋਰ ਸਾਡੇ ਬੜੇ ਵੱਡੇ ਵੱਡੇ ਨੇਤਾ ਵੀ ਚਰਨਾਂ ਦੇ ਵਿੱਚ ਰਗੜਦੇ ਰਹੇ ਨੇ ਮੱਥਾ ਤੇ ਹੁਣ ਉਹ ਆਪ SIT ਅੱਗੇ ਮੱਥਾ ਰਗੜ ਰਿਹਾ ਹੈ ਕਿ ਹੁਣ ਮੇਰੇ ਤੋਂ ਬਾਹਲੇ ਸਵਾਲ ਨਾ ਪੁੱਛੋ ਮੈਨੂੰ ਸਰਦੀਆਂ ਦੇ ਵਿੱਚ ਮੁੜ ਆਉਣ ਲੱਗ ਪਿਆ 1-844-247-1550 ਤੁਹਾਨੂੰ ਲੱਗਦਾ ਕਿ ਇਹਨੂੰ ਉਮਰ ਭਰ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਜਾਂ ਕਿਸੇ ਰਾਜਨੀਤਿਕ ਨੇਤਾ ਦੀ ਕਿਰਪਾ ਸਦਕਾ ਜ਼ਿੰਦਗੀ ਦੇ ਵਿੱਚ ਕਦੇ ਬਾਹਰ ਆ ਸਕਦਾ ਹੈ 1-844-247-1550 ਵਪਾਰਕ ਵਕਫਾ ਲੈ ਲਈਏ ਪ੍ਰੋਗਰਾਮ ਦਿਲਾਂ ਦੀ ਸਾਂਝ KRPA ਰੇਡੀਓ 1550 AM ਬੈਂਡ ਤੇ ਸੁਣ ਰਹੇ ਹੋ ਸਮਾਂ ਮੇਰੇ ਕੋਲ
10:52 ਇੰਨੇ ਥੋੜੇ ਹੀ ਮਿੰਟ ਨੇ ਮੇਰੇ ਕੋਲ ਸੰਖੇਪ ਰੱਖੇ ਤਾਂ ਜੋ ਸਾਰਿਆਂ ਦੀ ਮੈਂ ਗੱਲਬਾਤ ਸੁਣ ਸਕਾਂ। ਸਰਦਾਰ ਹਰਮਿੰਦਰ ਸਿੰਘ ਜੀ, ਪ੍ਰੋਗਰਾਮ ਦਿਲਾਂ ਦੀ ਸਾਂਝ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਭਾਜੀ, ਜਿੱਦਾਂ ਮੇਰਾ ਕੁਐਸਚਨ ਹੈ ਕਿ ਜਿੱਦਾਂ ਹੁਣ ਰਾਮ ਰਹੀਮ ਨੂੰ ਵੀ ਟੰਗ ਦਿੱਤਾ ਹਨਾ, ਬਲਾਤਕਾਰੀ ਨੂੰ ਹਨਾ ਜੀ, ਆਪਣੀ ਗੌਰਮੈਂਟ ਨੇ ਆਸਾ ਰਾਮ ਨੂੰ ਵੀ ਟੰਗਿਆ ਹਨਾ ਜੀ, ਹਨੀਪ੍ਰੀਤ ਵੀ ਫੜ ਲਈ ਹਨਾ, ਜਿੱਦਾਂ ਹੁਣ ਸੁਖਬੀਰ ਬਾਦਲ ਹੋਣੀ ਧਰਨਾ ਲਾਇਆ ਸੀ ਉਹਨਾਂ ਨੂੰ ਵੀ ਫਟਕਾਰ ਪਾਈ ਹਨਾ ਉਹਨੇ ਆਪਣੇ ਨੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ। ਕੀ ਗੱਲ ਆ, ਜਿਹੜੇ ਜਾਟ ਆ ਜਿਹੜੇ ਤੀਏ ਕਹਿੰਦੇ ਨੇ ਸੜਕਾਂ ਬੰਦ ਕਰ ਲੈਂਦੇ ਆ, ਉਹ ਕਰ ਦਿੰਦੇ ਆ ਸੁਪਰੀਮ ਕੋਰਟ ਨੂੰ, ਇਹਨਾਂ ਨੂੰ ਨੀ ਦੀਦਾ ਹੈਗਾ ਕੁਛ ਵੀ ਕੁਛ ਕਰਨਾ, ਇਹਨਾਂ ਲਈ ਕੋਈ ਹੈ ਨੀ ਗੇ ਵੀ ਸਜ਼ਾ ਸੁਜ਼ਾ ਜੀ। ਥੈਂਕ ਯੂ ਭਾਜੀ, ਮੇਰਾ ਇਹੀ ਕੁਐਸਚਨ। ਬਹੁਤ ਬਹੁਤ ਧੰਨਵਾਦ ਵੀਰ ਜੀ, ਬੜਾ ਵਧੀਆ ਤੁਹਾਡਾ ਸਵਾਲ ਹੈ ਕਿ ਜਾਟਾਂ ਨੇ ਹੀ ਤਾਂ ਸਰਕਾਰ ਜਾਟਾਂ ਦੀ ਹਰਿਆਣੇ ਚ, ਉਹਨਾਂ ਨੇ ਤਾਂ ਇਸ ਗੁਰਮੀਤ ਰਾਮ ਰਹੀਮ ਨੂੰ ਭੂਏ ਚਾੜਿਆ ਸੀ, ਜਿਹਦੇ ਕਰਕੇ ਉਹ ਜੋ ਕਰਦਾ ਰਿਹਾ ਉਹਨੂੰ ਕਿਸੇ ਨੇ ਰੋਕਣ ਦਾ ਹੀਆ ਨਹੀਂ ਕੀਤਾ। ਤੇ ਕੋਈ ਨੀ, ਉੱਥੇ ਨਿਆਂ ਹੈ, ਜਸਟਿਸ ਹੈ, ਕਿਸੇ ਨਾ ਕਿਸੇ ਵੇਲੇ ਜ਼ਰੂਰ ਮਿਲੇਗਾ ਜੀ। ਬਹੁਤ ਧੰਨਵਾਦ ਤੁਹਾਡਾ। ਸਰਦਾਰ ਜਗਮੇਲ ਸਿੰਘ ਖਾਲਸਾ ਜੀ, ਤੁਸੀਂ ਇੱਥੇ ਸਵਾਗਤ ਹੈ ਵੀਰ ਜੀ ਤੁਹਾਡਾ। ਨਿਬੇੜਾਂਗਾ ਉਹ ਇਹ ਹੈ ਕਿ ਸਿਆਸੀ ਲੋਕ ਜਿਹੜੇ ਹੈ ਇਹਦਾ ਦਮ ਭਰਦੇ ਰਹੇ ਨੇ, ਚੌਂਕੀ ਭਰਦੇ ਰਹੇ ਨੇ, ਔਰ ਇਸੇ ਤਰ੍ਹਾਂ ਧਾਰਮਿਕ ਆਗੂ ਜਿਹੜੇ ਜਿਵੇਂ ਅਕਾਲ ਤਖ਼ਤ ਦੇ ਜਥੇਦਾਰ, ਇਹਨੇ ਮਾਫ਼ ਕੀਤਾ ਸੀ, ਇਹਨਾਂ ਸਾਰਿਆਂ ਤੇ ਮੁਕੱਦਮਾ ਬਰਾਬਰ ਦਾ ਨਹੀਂ ਬਣਨਾ ਚਾਹੀਦਾ। ਥੈਂਕ ਯੂ। ਆਓ, ਵਾਓ, ਉਹ ਕਹਿੰਦੇ ਵੀ ਜਿਹਨਾਂ ਨੇ ਮਾਫ਼ ਕੀਤਾ ਹੈ ਮੁਕੱਦਮਾ ਤਾਂ ਉਹਨਾਂ ਤੇ ਵੀ ਬਣਨਾ ਚਾਹੀਦਾ। ਗੱਲ ਕਾਫੀ ਸਿਆਣੀ ਕਰ ਗਏ ਆ, ਕਿਉਂਕਿ ਵੈਸੇ ਵੀ ਸਿਆਣੀ ਉਮਰ ਦੇ ਗੱਲਾਂ ਸਿਆਣੀਆਂ ਹੀ ਕਰਦੇ ਆ। ਹਾਂ, ਜਿਹੜੇ ਗਏ ਨੇ ਪਰ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਜੀ ਕਿ ਇਹ ਬਲਾਤਕਾਰੀ ਵੀ ਹੈ, ਬਲਾਤਕਾਰੀ ਇਹ ਬਾਅਦ ਦੇ ਵਿੱਚ ਦੋਸ਼ੀ ਸਿੱਧ ਹੋਇਆ। ਸੋ ਜਦੋਂ ਸਿੱਧ ਹੋਇਆ ਤੇ ਉਸ ਤੋਂ ਬਾਅਦ ਮੇਰਾ ਖਿਆਲ ਹੈ ਨਹੀਂ, ਮੁਕੱਦਮਾ ਉਹਨਾਂ ਤੇ ਮੇਰੇ ਹਿਸਾਬ ਨਾਲ ਨਹੀਂ ਚੱਲਣਾ ਚਾਹੀਦਾ, ਕਿਉਂਕਿ ਕੋਈ ਵੀ ਮੁਲਾਕਾਤ ਕਰਨ ਨਹੀਂ ਗਿਆ, ਨਾ ਹੀ ਕੋਈ ਕਾਂਗਰਸੀ ਆ ਗਿਆ, ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਗਿਆ, ਤੇ ਨਾ ਹੀ ਕੋਈ ਅਕਾਲੀ ਦਲ ਵਾਲਾ ਗਿਆ। ਹਾਂ, ਜੇ ਮੁਲਾਕਾਤ ਕਰਨ ਜਾਂਦੇ ਉਹਦੀ ਹਮਾਇਤ ਦੇ ਵਿੱਚ ਫਿਰ ਫਰਜ਼ ਬਣਦਾ ਸੀ। ਬਾਕੀ ਖੁਦਾ ਦੀਆਂ ਗੱਲਾਂ ਨੇ, ਲੰਮੀਆਂ ਗੱਲਾਂ ਨੇ, ਉਹੀ ਜਾਣੇ, ਆਪਾਂ ਜਾਣੇ ਕੀ ਲੈਣਾ। ਇਹ ਜੋ ਕੁਛ ਚੰਗਾ ਲੱਗ ਰਿਹਾ ਦੁਨੀਆਂ ਨੂੰ ਉਹਦੇ ਵਿੱਚ ਮੇਰਾ ਖਿਆਲ ਹੈ ਸੁਚੇਤ ਜ਼ਰੂਰ ਹੋਏ ਨੇ ਮੇਰੇ ਸਤਿਕਾਰਯੋਗ ਸਰੋਤੇ। ਸੋ ਇੱਕ ਦੋ ਵੱਡੇ ਇਨਸਾਨ ਇਹਨਾਂ ਦੇ ਰਹਿ ਗਏ ਨੇ ਫੜਨ ਵਾਲੇ, ਉਹਦੇ ਪਿੱਛੇ ਨਾ ਫੜਨ ਦਾ ਕਾਰਨ ਵੀ ਮੇਰਾ ਖਿਆਲ ਹੈ ਸਭ ਤੋਂ ਵੱਡਾ ਉੱਥੇ ਹਰਿਆਣੇ ਦੀ ਸਰਕਾਰ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਸ਼ਰੇਆਮ 50-50 ਲੱਖ ਰੁਪਏ ਜਨਮ ਦਿਨ ਦੇ ਉੱਤੇ ਮਨਿਸਟਰ ਉਹਦੇ ਥੈਲੀਆਂ ਭੇਟ ਕਰਕੇ ਆਉਂਦੇ ਸੀ, ਕਹਿੰਦੇ ਕਰੀ ਜੋ ਮਰਜ਼ੀ ਚੱਲ, ਜਿੰਨੇ ਮਰਜ਼ੀ ਕਤਲ ਕਰੀ ਚੱਲ, ਜਿੰਨੇ ਮਰਜ਼ੀ ਬਲਾਤਕਾਰ ਕਰੀ ਚੱਲ, ਸਾਡੀ ਆਸ਼ੀਰਵਾਦ ਤੇਰੇ ਨਾਲ ਹੈ। ਚਲੋ ਛੱਡੋ, ਆਪਾਂ ਨੇ ਕੀ ਲੈਣਾ। ਮੈਨੂੰ ਰਾਤੀ ਕਿਤੇ ਫੇਸਬੁੱਕ ਪੜ੍ਹਦੇ ਪੜ੍ਹਦੇ ਹਰਚੰਦ ਸਿੰਘ ਬਾਗੜੀ ਦੀ ਕਵਿਤਾ ਨਜ਼ਰ ਲੱਗ ਗਈ ਮੇਰੇ, ਤੇ ਮੈਂ ਸੋਚਿਆ ਸੀ, ਮੈਂ ਕਿਹਾ ਵੀ ਮੇਰੇ ਸਤਿਕਾਰਯੋਗ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਾਂਗਾ, ਕਿਉਂਕਿ ਉਹ ਕਵਿਤਾ ਇਹਨਾਂ ਦਿਨਾਂ ਦੇ ਵਿੱਚ ਢੁਕਦੀ ਬੜੀ ਹੈ। ਅੱਜ ਕੱਲ ਛੁੱਟੀਆਂ ਚੱਲ ਰਹੀਆਂ ਨੇ, ਹੌਲੀਡੇ ਸੀਜ਼ਨ ਚੱਲ ਰਿਹਾ, ਹੌਲੀਡੇ ਸੀਜ਼ਨ 'ਚ ਇਹਦੀ ਬੜੀ ਵਰਤੋਂ ਹੁੰਦੀ ਹੈ। ਬੋਤਲਾਂ 'ਚ ਪਈ ਦਾਰੂ, ਵਾਹ ਬਾਗੜੀ ਸਾਹਿਬ ਬੜਾ ਵਧੀਆ ਲਿਖਿਆ, ਤੇ ਉਹ ਦਾਰੂ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਹੈ, ਧਿਆਨ ਨਾਲ ਸੁਣਿਓ। ਬੋਤਲਾਂ 'ਚ ਪਈ, ਇਹਦਾ ਵਿਸ਼ਾ ਹੈ, ਬੋਤਲਾਂ 'ਚ ਪਈ ਦਾਰੂ ਸਾਊ ਲੱਗਦੇ, ਭੋਲੀ ਭਾਲੀ ਬੜੀ ਹੀ ਸੰਘਾਊ ਲੱਗਦੇ, ਬਾਹਰ ਆ ਕੇ ਆਪਣਾ ਇਹ ਮੂੰਹ ਖੋਲਦੀ, ਪੀਣ ਵਾਲੇ ਵਿੱਚ ਫਿਰ ਆਪ ਬੋਲਦੀ। ਲੈ ਕੇ ਸ਼ਰਾਬੀ ਜਦ ਘਰੇ ਵੜਦਾ, ਉਦੋਂ ਹੈ ਸ਼ਰਾਬ ਤਾਂ ਹੀ ਚਾਉ ਚੜਦਾ। ਲੈ ਕੇ ਸ਼ਰਾਬੀ ਜਦ ਘਰੇ ਵੜਦਾ, ਉਦੋਂ ਹੈ ਸ਼ਰਾਬ ਤਾਂ ਹੀ ਚਾਉ ਚੜਦਾ, ਪੈ ਕੇ ਗਲਾਸਾਂ ਵਿੱਚ ਇਹ ਹੱਸਦੀ, ਪਾਣੀ ਸੋਡੇ ਨਾਲ ਇਹਨੂੰ ਚੜੇ ਮਸਤੀ, ਖਾਣ ਨੂੰ ਸਲੂਣਾ ਫਿਰ ਫਿਰੇ ਟੋਲਦੀ,
ਪੀਣ ਵਾਲੇ ਵਿਚ ਫਿਰ ਆਪ ਬੋਲਦੇ ਗਲੇ ਹੇਠਾਂ ਉਤਰੇ ਇਹ ਤਾਰੀ ਮਾਰ ਕੇ ਵਾਹ ਗਲੇ ਹੇਠਾਂ ਉਤਰੇ ਇਹ ਤਾਰੀ ਮਾਰ ਕੇ ਸਿਰ ਵਿਚ ਪਹੁੰਚੇ ਉਡਾਰੀ ਮਾਰ ਕੇ ਅਕਲ ਦਾ ਬੂਹਾ ਹੌਲੀ ਹੌਲੀ ਭੇੜ ਦੀ ਸੁੱਤੀਆਂ ਸ਼ਰਾਰਤਾਂ ਨੂੰ ਜਾ ਜਾ ਛੇੜ ਦੀ ਰਾਈ ਨਾਲ ਫਿਰ ਇਹ ਪਹਾੜ ਤੋਲ ਦੀ ਪੀਣ ਵਾਲੇ ਵਿਚ ਫਿਰ ਆਪ ਬੋਲਦੀ ਬੋਤਲ ਦਾ ਭੂਤ ਜਦ ਬੰਦੇ ਚ ਬਹੇ ਉਨਾ ਚਿਰ ਬੰਦਾ ਫਿਰ ਬੰਦਾ ਨਾ ਰਹੇ ਵਾਹ ਬੋਤਲ ਦਾ ਭੂਤ ਜਦ ਬੰਦੇ ਚ ਬਹੇ ਉਨਾ ਚਿਰ ਬੰਦਾ ਫਿਰ ਬੰਦਾ ਨਾ ਰਹੇ ਸੰਗ ਨਾ ਸ਼ਰਮ ਰਹੇ ਕੋਈ ਡਰ ਨਾ ਗੱਲ ਗੱਲ ਉੱਤੇ ਚਾਹੇ ਉਹੀ ਲੜਨਾ ਲਹੂ ਵਿਚ ਜਦ ਇਹ ਦਲੇਰੀ ਘੋਲਦੀ ਪੀਣ ਵਾਲੇ ਵਿਚ ਫਿਰ ਆਪ ਬੋਲਦੀ ਮਾੜੇ ਤਾਈ ਇਹ ਭਲਵਾਨ ਕਰਦੀ ਬੁੱਢਿਆਂ ਨੂੰ ਪਲ ਚ ਜਵਾਨ ਕਰਦੀ ਖੁਸ਼ੀ ਚ ਆਏ ਤਾਂ ਪਿਆਰ ਪਾਵਦੀ ਗੁੱਸੇ ਵਿਚ ਆ ਕੇ ਫਿਰ ਪੱਗਾਂ ਲਾਵਦੀ ਕੱਚਿਆਂ ਪਿਆਕੜਾਂ ਨੂੰ ਬੜਾ ਰੋਲਦੀ ਪੀਣ ਵਾਲੇ ਵਿਚ ਫਿਰ ਆਪ ਬੋਲਦੀ ਆਖਰੀ ਬੰਦ ਹੈ ਕੌੜੀ ਹੈ ਸੁਭਾਅ ਦੀ ਬਦਨਾਮ ਬੜੀ ਏ ਕੌੜੀ ਹੈ ਸੁਭਾਅ ਦੀ ਬਦਨਾਮ ਬੜੀ ਏ ਗੁੱਡੀ ਇਹਦੀ ਫਿਰ ਵੀ ਜਹਾਨ ਚੜੀਏ ਸੂਫੀਆਂ ਦੇ ਨਾਲ ਨਾ ਇਹ ਗੱਲ ਕਰਦੀ ਚੰਦ ਫਰਵਾਈ ਦਾ ਨਾ ਖਿਹੜਾ ਛੱਡਦੀ ਖੁਸ਼ੀਆਂ ਦੇ ਸਮੇਂ ਸਦਾ ਰਹੇ ਟੋਲਦੀ ਪੀਣ ਵਾਲੇ ਵਿਚ ਫਿਰ ਆਪ ਬੋਲਦੀ ਬਾਹਰ ਆ ਕੇ ਆਪਣਾ ਇਹ ਮੂੰਹ ਖੋਲਦੀ ਵਾਹ ਜੀ ਪ੍ਰਵਾਈ ਸਾਹਿਬ ਨੂੰ ਮੈਨੂੰ ਲੱਗਦਾ ਹੈ ਜਲਦੀ ਖਹਿੜਾ ਛੱਡੂ ਚਿੰਤਾ ਨਾ ਕਰੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਆਗਿਆ ਦਿਓ ਕੱਲ ਨੂੰ ਮਾਲਕ ਨੇ ਚਾਹੇ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਲੈ ਕੇ ਹਾਜ਼ਰ ਹੋਵਾਂਗਾ ਪ੍ਰੋਫੈਸਰ ਗੁਰਬਾਸ ਸਿੰਘ ਰਾਠੋ ਨੇ ਸਵੇਰ ਲੈ ਕੇ ਹਾਜ਼ਰ ਨੇ ਕਿਉਂਕਿ ਸੂਰਜ ਚੜ ਗਿਆ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ